ਸੋ ਕਹੂ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਜ ਯੋਗ ਹੈ ਜਨਕ ਦੇ ਵੱਡਾ ਭਗਤ ਕਰ ਵੇਦ ਵਖਾਣੈ ਸਨਕਾਦਿਕ ਨਾਰਦ ਉਦਾਸ ਬਾਲ ਸੁਭਾਏ ਅਤੀਤ ਸੁਹਾਣੈ ਰਾਜ ਯੋਗ ਹੈ ਜਨਕ ਦੇ ਵੱਡਾ ਭਗਤ ਕਰ ਵੇਦ ਵਖਾਣੈ ਸਨਕਾਦਿਕ ਨਾਰਦ ਉਦਾਸ ਬਾਲ ਸੁਭਾਏ ਅਤੀਤ ਸੁਹਾਣੈ ਯੋਗ ਭੋਗ ਲਖ ਲੰਘ ਕੈ ਗੁਰਸਿੱਖ ਸਾਧ ਸੰਗਤ ਨਿਰਵਾਣੈ ਆਪ ਗਣਾਏ ਵਿਗੁਚਣਾ ਆਪ ਗਵਾਏ ਆਪ ਸਿੰਜਾਣੈ ਗੁਰਮੁਖ ਮਾਰਗ ਸੱਚ ਦਾ ਪੈਰੀ ਪਵਣਾ ਰਾਜੇ ਰਾਣੈ ਗਰਭ ਗੁਮਾਨ ਵਿਸਾਰ ਕੈ ਗੁਰਮਤ ਹਿਰਦੈ ਗਰੀਬੀ ਆਣੈ ਸੱਚੀ ਦਰਗਹਿ ਮਾਣ ਨਿਮਾਣੈ ਸੱਚੀ ਦਰਗਹਿ ਮਾਣ ਨਿਮਾਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਰਬ ਕਲਾ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਸਤਿਕਾਰਯੋਗ ਸਨਮਾਨਯੋਗ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਪ੍ਰਾਪਤ ਹੋਏ ਅਮੋਲਕ ਜੀਵਨ ਨੂੰ ਪੂਰੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਬੈਠ ਕੇ ਸਫਲ ਕਰ ਰਹੇ ਅੱਜ ਦੇ ਗੁਰਮਤਿ ਵਿਚਾਰ ਦੇ ਸਮੇਂ ਵਿੱਚ ਭਾਈ ਗੁਰਦਾਸ ਜੀ ਦੁਆਰਾ ਉਚਾਰਨ ਕੀਤੀਆਂ ਹੋਈਆਂ ਵਾਰਾਂ ਵਿੱਚ ਪੱਚੀਵੀਂ ਵਾਰ ਦੀ 11 ਨੰਬਰ ਪੌੜੀ ਔਰ 16 ਨੰਬਰ ਇਹ ਆਪ ਜੀ ਦੇ ਚਰਨਾਂ ਵਿੱਚ ਭਾਈ ਸਾਹਿਬ ਜੀ ਦੁਆਰਾ ਉਚਾਰਨ ਕੀਤੇ ਹੋਏ ਅਮੋਲਕ ਵਚਨ ਸਾਂਝੇ ਕਰਨ ਦਾ ਯਤਨ ਕਰਾਂਗਾ। ਭਾਈ ਗੁਰਦਾਸ ਜੀ ਨੇ ਜਿਵੇਂ ਵੱਖਰੇ ਵੱਖਰੇ ਸਿਧਾਂਤਾਂ ਦੇ ਉੱਤੇ ਅਨੇਕ ਪ੍ਰਕਾਰ ਦੇ ਵਿਚਾਰ ਪੌੜੀਆਂ ਦੇ ਰਾਹੀਂ ਉਚਾਰਨ ਕੀਤੇ, ਅੱਜ ਦੇ ਇਸ ਪ੍ਰਕਰਨ ਵਿੱਚ ਭਾਈ ਗੁਰਦਾਸ ਜੀ ਨੇ ਜਨਕ ਦਾ ਨਾਮ ਲਿਆ ਹੈ ਜਿਸ ਦੀ ਬੰਦਗੀ ਕਰਨ ਦੀ ਕਿਰਿਆ ਬਹੁਤ ਸਾਰੇ ਭਗਤਾਂ ਤੋਂ ਵੱਖਰੀ ਹੈ। ਆਮ ਤੌਰ 'ਤੇ ਇਹ ਜ਼ਰੂਰੀ ਹੈ ਇਹ ਰਸ ਛਾੜ ਤਾਂ ਉਹ ਰਸ ਆਵਾ, ਉਹ ਰਸ ਆਏ ਇਹ ਰਸ ਨਹੀਂ ਭਾਵਾ, ਇਹ ਵੀ ਇੱਕ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਉਹ ਕਹਿੰਦੇ ਨੇ ਜੇ ਤੂੰ ਉੱਚੇ ਰੱਬ ਨਾਲ ਜੁੜਨਾ ਹੈ ਤਾਂ ਨੀਵੀਂ ਦੁਨੀਆ ਤੋਂ ਥੋੜ੍ਹਾ ਜਿਹਾ ਤੈਨੂੰ ਗੁਰੇਜ਼ ਜ਼ਰੂਰ ਕਰਨਾ ਪੈਣਾ ਹੈ। ਕੁਦਰਤ ਦਾ ਇੱਕ ਨਿਯਮ ਹੈ
ਕੁਦਰਤ ਦਾ ਨਿਯਮ ਤੇ ਬੜੀ ਦੂਰ ਦੀ ਗੱਲ, ਉਹ ਤੇ ਪਤਾ ਨਹੀਂ ਕਿੰਨਾ ਕੁ ਬੇਅੰਤ ਹੋਵੇਗਾ। ਸਧਾਰਨ ਤੌਰ ਤੇ ਤੁਸੀਂ ਵੇਖੋ, ਅਸੀਂ ਪੌੜੀ ਤੇ ਚੜ੍ਹਨੇ ਆ ਤੇ ਇੱਕ ਸਟੈਪ ਦੇ ਉੱਤੇ ਪੈਰ ਰੱਖਿਆ ਹੈ, ਜੇ ਉਹਦੇ ਤੋਂ ਉੱਚੇ ਤੇ ਜਾਣਾ ਹੈ ਤੇ ਥੱਲੇ ਵਾਲਾ ਤਿਆਗਣਾ ਪਏਗਾ। ਜੇ ਕਹੀਏ ਵੀ ਉੱਪਰ ਵੀ ਜਾਣਾ ਤੇ ਇਹ ਥੱਲੇ ਵਾਲਾ ਡੰਡਾ ਛੱਡਣਾ ਨਹੀਂ, ਉਹ ਬੰਦਾ ਸਾਰੀ ਉਮਰ ਪੌੜੀ ਤੇ ਤਾਂ ਬੈਠਾ ਰਹੇਗਾ, ਛੱਤ ਦੇ ਬਨੇਰੇ ਨੂੰ ਹੱਥ ਨਹੀਂ ਪਾ ਸਕਦਾ। ਇਹ ਇੱਕ ਬੜਾ ਵੱਡਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਗਿਆ ਔਰ ਬੜਾ ਸੁਨਹਿਰੀ ਹੈ ਕਿ ਬੰਦਾ ਨੀਵਿਆਂ ਡੰਡਿਆਂ ਨੂੰ ਛੱਡਣ ਦੀ ਹਿੰਮਤ ਕਰੇ, ਇਰਾਦਾ ਪੈਦਾ ਕਰੇ ਉੱਚੇ ਜਾਣ ਲਈ, ਕਿਉਂਕਿ ਉਹ ਉਚਾਈ ਵਿੱਚ ਹੈ, ਉਹ ਉੱਚਾ ਹੈ ਤੇ ਕਿਤੇ ਵੀ ਉੱਚੇ ਥਾਂ ਤੇ ਜਾਣ ਲਈ ਨਿਮਾਣ ਦੀ ਵਰਤੋਂ ਤੇ ਕੀਤੀ ਜਾ ਸਕਦੀ ਹੈ, ਪਰ ਉਹਦੇ ਕੋਲ ਰਿਹਾ ਉੱਚੇ ਥਾਵਾਂ ਤੇ ਜਾਇਆ ਨਹੀਂ ਜਾ ਸਕਦਾ। ਪਰ ਇੱਥੇ ਇੱਕ ਐਸੇ ਭਗਤ ਦਾ ਜ਼ਿਕਰ ਕੀਤਾ ਗਿਆ ਜਿਹੜਾ ਇੱਕੋ ਵਕਤ ਕਈ ਪੌੜੀਆਂ ਤੇ ਪੈਰ ਰੱਖਣ ਦੀ ਸਮਰੱਥਾ ਰੱਖਦਾ। ਇਹ ਉਹਦੇ ਵਿੱਚ, ਇਹ ਸਾਰਿਆਂ ਵਿੱਚ ਨਹੀਂ ਆਏਗਾ, ਖਿਆਲ ਰੱਖੋ। ਬੜੇ ਲੋਕ ਜਨਕ ਦੀ ਰੀਸ ਕਰਨ ਵਾਲੇ ਹੋਏ ਨੇ, ਅੱਜ ਵੀ ਤੁਰੇ ਫਿਰਦੇ ਜਨਕ ਦਾ ਨਾਂ ਲੈ ਕੇ, ਰਾਜੇ ਜੋਗੀਆਂ ਦਾ ਨਾਂ ਲੈ ਕੇ। ਆਪਣਾ ਢਕਵੰਜ ਚਲਾਉਣਾ ਤੇ ਸੌਖਾ, ਪਰ ਜਨਕ ਬਣਨਾ ਬੜਾ ਔਖਾ। ਉਹ ਬੜੀ ਉੱਚੀ ਗੱਲ ਹੈ, ਬੜੀ ਦੂਰ ਦੀ ਗੱਲ ਹੈ। ਸਤਿਗੁਰੂ ਕਹਿੰਦੇ ਨੇ ਇੱਕ ਐਸੀ ਦਸ਼ਾ ਜਿਹਦੇ ਵਿੱਚ ਰਾਜ ਅਤੇ ਯੋਗ ਇਕੱਠੇ ਹੋ ਜਾਣ, ਜਿਹਦੇ ਵਿੱਚ ਭੋਗ ਅਤੇ ਯੋਗ ਇਕੱਠੇ ਹੋ ਜਾਣ, ਜਿਵੇਂ ਛੇਵੇਂ ਪਾਤਸ਼ਾਹ ਨੇ ਕੀਤਾ, ਮੀਰੀ ਅਤੇ ਪੀਰੀ ਨੂੰ ਇਕੱਠਾ ਕਰ ਦਿੱਤਾ, ਦੋ ਤਲਵਾਰਾਂ ਪਾਈਆਂ, ਕਲਗੀ ਲਾਈ, ਤਖ਼ਤ 'ਤੇ ਬੈਠੇ, ਘੋੜੇ ਰੱਖੇ, ਭੁਲੇਖਾ ਪਿਆ ਬੜੇ ਲੋਕਾਂ ਨੂੰ, ਭੁਲੇਖਾ ਪੈ ਗਿਆ ਬਹੁਤ ਜ਼ਿਆਦਾ ਵੀ ਗੁਰੂ ਤੇ ਸੰਸਾਰੀ ਬਣ ਗਿਆ। ਗੁਰੂ ਤੇ ਘੋੜੇ ਭਜਾਉਂਦਾ ਹੈ, ਸ਼ਿਕਾਰ ਖੇਡਦਾ ਹੈ, ਤੇ ਬੰਦਗੀ ਕਿੱਧਰ ਗਈ, ਨਾਮ ਕਿੱਧਰ ਗਿਆ, ਤਿਆਗ ਕਿੱਧਰ ਚਲਾ ਗਿਆ। ਪਰ ਸਤਿਗੁਰੂ ਨੇ ਕਿਹਾ ਜੇ ਰੱਬ ਕਿਰਪਾ ਕਰਦਾ ਹੈ ਤੇ ਮਨੁੱਖੀ ਜੀਵਨ ਦੇ ਦੋ ਹਿੱਸੇ ਹੋ ਜਾਂਦੇ ਨੇ। ਉਹ ਹੈ ਬੜੀ ਔਖੀ ਗੱਲ, ਇਹਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ। ਇਹ ਵੀ ਇੱਕ ਦਸ਼ਾ ਹੈ ਕਿ ਰੱਬ ਦਾ ਪਿਆਰਾ ਕਈ ਵਾਰੀ ਬਾਹਰੋਂ ਬਾਹਰੋਂ ਬਹੁਤ ਕਠੋਰ, ਬੜਾ ਭਿਆਨਕ ਦਿਸੇਗਾ, ਵੀ ਇਹਨੂੰ ਤੇ ਦਿਨ ਰਾਤ ਕ੍ਰੋਧ ਹੀ ਚੜਿਆ ਰਹਿੰਦਾ ਤੇ ਮੱਥੇ ਤੇ ਵੱਟ ਨਹੀਂ ਲੈਂਦੇ। ਪਰ ਜੇ ਕਿਤੇ ਉਹਦੇ ਅੰਦਰਲੇ ਹਿੱਸੇ ਨੂੰ ਫੋਲ ਕੇ ਵੇਖੋ ਤੇ ਹਰ ਇੱਕ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ। ਦੀਸ ਆਵਤ ਹੈ ਬਹੁਤ ਬਿਹਾਲਾ, ਸਗਲ ਚਰਨ ਕੀ ਇਹ ਮਨ, ਸਗਲ ਚਰਨ ਕੇ ਇਹ ਮਨ ਰਾਲਾ, ਧੂੜ ਬਣਿਆ ਰਹਿੰਦਾ। ਹੋਰ ਵੀ ਬਚਨ ਕਹਿੰਦੇ, ਕਹਿਣ ਲੱਗੇ ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ, ਉਹਦੀ ਜੜ੍ਹ ਚਿੱਕੜ ਵਿੱਚ, ਪਰ ਉਹਦਾ ਸਿਰ ਜਿਹੜਾ ਹੈ ਨਾ ਉਹ ਆਕਾਸ਼ ਵਿੱਚ। ਇੱਕੋ ਹੀ ਚੀਜ਼, ਕਮਲ ਦੇ ਫੁੱਲ ਦੀ ਜੜ੍ਹ, ਕਮਲ ਦਾ ਫੁੱਲ ਤੇ ਬੜੀ ਦੂਰ ਦੀ ਗੱਲ ਆ, ਸਾਡੇ ਸਾਹਮਣੇ ਆਮ ਜ਼ਮੀਨ 'ਤੇ ਫੁੱਲ ਲਾਏ ਹੋਏ ਨੇ, ਉਹਨਾਂ ਵੱਲ ਧਿਆਨ ਨਾਲ ਵੇਖੋ ਅਤੇ ਉਹ ਵੀ ਇੱਕ ਆਪਣੀ ਜ਼ਿੰਦਗੀ ਵਿੱਚੋਂ ਖਾਮੋਸ਼ ਬੋਲੀ ਵਿੱਚ ਕੁਝ ਸਾਨੂੰ ਦੱਸਣਾ ਚਾਹੁੰਦੇ। ਚੁੱਪ ਕੀਤੇ ਨੇ ਭਾਵੇਂ ਬੋਲ, ਸਾਡੇ ਵਾਲੀ ਰਸਨਾ ਉਹਨਾਂ ਕੋਲ ਨਹੀਂ, ਸ਼ਬਦ ਨਹੀਂ, ਪਰ ਇਹ ਇੱਕ ਸੱਚ ਹੈ। ਇਸ ਕਾਇਨਾਤ ਦੀ ਹਰ ਇੱਕ ਚੀਜ਼ ਕੁਝ ਬੋਲ ਰਹੀ ਹੈ ਜੇ ਮਨੁੱਖ ਨੂੰ ਕੰਨ ਮਿਲ ਜਾਣ। ਆਮ ਸਧਾਰਨ ਫੁੱਲ ਤੁਸੀਂ ਵੇਖੋਗੇ ਉੱਪਰ ਖਿੜਿਆ ਸੁਗੰਧੀ ਆ ਰਹੀ ਹੈ ਅਤੇ ਮਾਲੀ ਉਹਦੀਆਂ ਜੜ੍ਹਾਂ ਦੇ ਵਿੱਚ ਦੁਰਗੰਧੀ ਪਾ ਰਿਹਾ। ਤੁਸੀਂ ਕਈ ਵਾਰੀ ਵੇਖੋਗੇ ਕਿ ਫੁੱਲਾਂ ਦੀਆਂ ਜੜ੍ਹਾਂ ਦੇ ਵਿੱਚ ਉਹ ਦੁਰਗੰਧੀ ਰੂੜੀ ਪਾ ਰਿਹਾ, ਇੱਧਰ ਉੱਧਰ ਇਕੱਠਾ ਕਰਕੇ ਜੜ੍ਹਾਂ ਵਿੱਚ ਦੁਰਗੰਧੀ ਪਾ ਰਿਹਾ। ਪਰ ਉਸ ਫੁੱਲ ਨੂੰ ਰੱਬ ਨੇ ਉਹ ਸਮਰੱਥਾ ਦਿੱਤੀ ਹੈ, ਉਹ ਆਪਣੀਆਂ ਜੜ੍ਹਾਂ ਦੇ ਰਾਹੀਂ ਦੁਰਗੰਧੀ ਨੂੰ ਖਿੱਚ ਲੈਂਦਾ ਅਤੇ ਜਦੋਂ ਉਹਨੂੰ ਬਾਹਰ ਪ੍ਰਗਟ ਕਰਦਾ ਸੁਗੰਧੀ ਬਣਾ ਦਿੰਦਾ ਹੈ, ਉਹ ਬਦਲ ਕੇ ਰੱਖ ਦਿੰਦਾ ਹੈ। ਇਹ ਉਹਦੇ ਵਿੱਚ ਸਮਰੱਥਾ ਹੈ। ਹਾਂ, ਇੱਕ ਉਹਦੀ ਸ਼ਰਤ ਹੈ, ਉਹ ਆਪਣੇ ਸਿਰ ਨੂੰ ਕਦੀ ਜ਼ਮੀਨ 'ਤੇ ਨਹੀਂ ਲੱਗਣ ਦੇਗਾ, ਉਹ ਸਿਰ ਉਹਦਾ ਉੱਚਾ ਹੈ।
ਉਹ ਆਕਾਸ਼ ਵਿੱਚ ਰਹਿੰਦਾ, ਜੜ ਉਹਦੀ ਜ਼ਰੂਰ ਦੁਰਗੰਧੀ ਵਿੱਚ, ਸਿਰ ਦੁਰਗੰਧੀ ਵਿੱਚ ਨਹੀਂ ਜਾਏਗਾ। ਇਹਨੂੰ ਕਿਹਾ ਜਨਕ ਦੀ ਕਿਰਿਆ, ਜਿਹਦਾ ਇੱਕ ਹਿੱਸਾ ਸੁਰਤ ਉਹਦੀ ਹਮੇਸ਼ਾ ਪਦਾਰਥ ਤੋਂ ਉੱਚੀ ਰਹਿੰਦੀ ਹੈ ਅਤੇ ਸਰੀਰ ਪਦਾਰਥ ਵਿੱਚ ਵਿਚਰਦਾ ਰਹਿੰਦਾ, ਦੋ ਹਿੱਸੇ ਹੋ ਗਏ। ਪਰ ਜੇ ਹੁਣ ਜਨਕ ਦੀ ਰੀਸ ਕਰਕੇ, ਭਗਤ ਜਨਕ ਦੀ ਰੀਸ ਕਰਕੇ ਅੱਜ ਅਸੀਂ ਕਹੀਏ ਬਈ ਮੈਂ ਵੀ ਜਨਕ ਬਣ ਗਿਆ, ਚਾਰ ਕੱਪੜੇ ਪਾ ਕੇ ਇੱਧਰ ਉੱਧਰ, ਉਹ ਬਣਨਾ ਬੜਾ ਔਖਾ। ਜਾਂ ਤਾਂ ਉਹ ਅਵਸਥਾ ਬਣੇ ਨਾ ਅੰਦਰ ਦੀ। ਜਨਕ ਕਦੀ ਇਹ ਸਿੱਧ ਨਹੀਂ ਕਰੇਗਾ ਵੀ ਮੈਂ ਜਨਕ ਹਾਂ, ਉਹਦੀ ਪਹਿਲੀ ਨਿਸ਼ਾਨੀ ਖਿਆਲ ਰੱਖਣਾ। ਬ੍ਰਹਮ ਗਿਆਨੀ ਕਦੀ ਸਿੱਧ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਵੀ ਮੈਂ ਬ੍ਰਹਮ ਗਿਆਨੀ ਹਾਂ, ਉਹਦੀ ਸਭ ਤੋਂ ਪਹਿਲੀ ਇਹ ਨਿਸ਼ਾਨੀ। ਭਾਵੇਂ ਉਹਦੇ ਅੰਦਰ ਕਿਤੇ ਗੁਰੂ ਨੇ ਅਹਿਸਾਸ ਜਗਾ ਦਿੱਤਾ ਹੋਵੇ ਕਿਸੇ ਦੇ, ਅਤੇ ਆਮ ਨੂੰ ਤਾਂ ਕੁਦਰਤ ਦਾ ਨਿਯਮ ਹੈ, 100 ਵਿੱਚੋਂ 98 ਬ੍ਰਹਮ ਗਿਆਨੀਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਬ੍ਰਹਮ ਗਿਆਨੀ ਹੈ। ਦੂਜੇ ਆ ਕੇ ਖਬਰ ਦਿੰਦੇ ਨੇ ਵੀ ਤੇਰੇ ਕੋਲ ਕੁਝ ਹੋਰ ਗੱਲ ਹੈ, ਤੇਰੇ ਕੁਝ ਵੱਖਰਾ। ਦਰਿਆ ਨੂੰ ਕਿੱਥੇ ਪਤਾ ਲੱਗਾ ਕਦੀ ਮੈਂ ਦਰਿਆ? ਦਰਿਆ ਨੇ ਕਿੱਥੇ ਕਦੀ ਐਲਾਨ ਕੀਤਾ ਮੇਰੇ ਵਿੱਚ ਬੜਾ ਪਾਣੀ ਹੈ, ਮੈਂ ਬੜਾ ਧੋਨਾ ਲੋਕਾਂ ਨੂੰ? ਨਹੀਂ, ਉਹ ਦਰਿਆ ਤੇ ਖਾਮੋਸ਼ ਕੁਦਰਤ ਦੇ ਭਾਣੇ ਵਿੱਚ ਵਹੀ ਜਾਂਦਾ ਹੈ। ਰੁੱਖ ਨੇ ਕਦੀ ਕਿਸੇ ਨੂੰ ਕਿਹਾ ਨਹੀਂ ਕਿ ਮੈਂ ਲੋਕਾਂ ਨੂੰ ਫਲ ਦੇਣਾ, ਮੈਂ ਲੋਕਾਂ ਨੂੰ ਛਾਂ ਦੇਣਾ। ਬਸ ਪਹਿਲੀ ਨਿਸ਼ਾਨੀ ਹੈ। ਅੱਜ ਕੱਲ੍ਹ ਬੜੇ ਲੋਕ ਰਾਜ ਯੋਗ ਦੀਆਂ ਰਾਗਣੀਆਂ ਲਾ ਰਹੇ ਨੇ, ਪੱਲੇ ਹੈ ਕੱਖ ਵੀ ਨਹੀਂ ਉਹਨਾਂ ਦੇ। ਰਾਜੇ ਯੋਗੀ ਠੀਕ ਹੈ ਨਾਂ ਨਾਲ ਲਿਖਿਆ, ਕਿਤੇ ਕਿਤੇ ਕਦੀ ਕਦੀ ਗੁਰੂ ਨਾਨਕ ਦੇ ਘਰ ਵਿੱਚ ਕੋਈ ਬੂਟਾ ਉੱਗਦਾ, ਬਾਬਾ ਈਸ਼ਰ ਸਿੰਘ ਵਰਗਾ, ਉਹਨਾਂ ਨੂੰ ਕਹਿ ਸਕਦੇ ਹਾਂ ਰਾਜਾ ਯੋਗੀ। ਇੱਕ ਪਾਸੇ ਬਾਹਰੋਂ ਵੇਖੋ ਤੇ ਚਮਕ ਦਮਕ ਪੂਰੀ, ਪਰ ਕੋਲ ਬੈਠਿਆਂ ਸੰਨਿਆਸ ਦੀ ਸੁਗੰਧੀ ਆਉਂਦੀ ਹੈ। ਇਹ ਨਿਸ਼ਾਨੀ ਹੋਵੇਗੀ ਧਿਆਨ ਦੇਣਾ। ਜਿਹੜਾ ਰੱਬ ਦੇ ਪਿਆਰ ਵਿੱਚ ਜੁੜਿਆ ਹੈ ਤੇ ਉਹ ਰਾਜਾ ਵੀ ਹੋਵੇ ਜਨਕ ਵਰਗਾ, ਉਹਦੀ ਨਿਸ਼ਾਨੀ ਇੱਕ ਹੋਰ ਬੜੀ ਵੱਡੀ ਹੋਵੇਗੀ। ਉਹਨੇ ਆਪਣੇ ਸਰੀਰ ਤੇ ਕੱਪੜੇ ਭਾਵੇਂ ਸੋਨੇ ਦੇ ਪਾਏ ਹੋਣ, ਰੋਟੀ ਸੋਨੇ ਦੀ ਥਾਲੀ ਵਿੱਚ ਖਾਏਗਾ, ਰਵੇਗਾ ਬੜੇ ਸੋਹਣੇ ਮਹਿਲ ਵਿੱਚ, ਕੱਪੜੇ ਬੜੇ ਸੋਹਣੇ ਪਾਏਗਾ, ਪਰ ਜਦੋਂ ਉਹਦੇ ਕੋਲ ਜਾਓਗੇ ਨਾ, ਸੰਸਾਰ ਮਿੱਟੀ ਦਿਸੇਗਾ ਤੇ ਰੱਬ ਸੱਚਾ ਲੱਗੇਗਾ। ਇਹ ਪਹਿਲੀ ਨਿਸ਼ਾਨੀ। ਤੇ ਜਿੱਥੇ ਹੋਵੇ ਸੰਸਾਰ, ਜਿੱਥੇ ਜਾ ਕੇ ਜੁੜਿਆ ਮਨ ਵੀ ਟੁੱਟ ਜਾਏ, ਉਹਨੂੰ ਕਿਵੇਂ ਝੂਠ ਬੋਲੋਗੇ ਜਾ ਕੇ ਵੀ ਇਹ ਬਹੁਤ ਵੱਡਾ, ਇਹ ਕਿਵੇਂ ਹੈ? ਇਸ ਲਈ ਸਤਿਗੁਰੂ ਨੇ ਤੇ ਭਾਈ ਗੁਰਦਾਸ ਜੀ ਨੇ ਵੀ ਇਹ ਗੱਲ ਕੀਤੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਸਾਧ ਸੰਗਤ ਜੀ ਰਾਜ ਤੇ ਯੋਗ ਇਕੱਠੇ ਕੀਤੇ, ਪਰ ਇੱਕ ਧਿਆਨ ਰੱਖਣਾ, ਮੀਰੀ ਤੇ ਪੀਰੀ ਇਕੱਠੀਆਂ ਕਰ ਦਿੱਤੀਆਂ ਸਿੱਖ ਵਾਸਤੇ। ਕਿਉਂ? ਉਹਨਾਂ ਨੇ ਕਿਹਾ ਜਦੋਂ ਅਸੀਂ ਸਰੀਰ ਧਾਰੀ ਹਾਂ ਤੇ ਸਰੀਰ ਦੇ ਕੰਮ ਸਾਨੂੰ ਕਰਨੇ ਤਾਂ ਪੈਣਗੇ, ਇਹ ਕੰਮ ਇਹ ਨਹੀਂ ਕਹਿ ਸਕਦੇ ਕਿ ਛੇਵੇਂ ਪਾਤਸ਼ਾਹ ਨੇ ਤੇ ਉਹਨੂੰ ਖੁੱਲ੍ਹਾ ਕਹਿ ਦਿੱਤਾ ਨਾ, ਗੁਰੂ ਨਾਨਕ ਦੇਵ ਨੇ ਸ਼ੁਰੂ ਕਰ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਕੰਮ ਕੀਤਾ ਸੀ, ਤਾਂ ਹੀ ਸਿੱਧਾ ਨੂੰ ਕਹਿਣਾ ਪਿਆ ਨਾ ਵੀ ਨਾਨਕ ਜੀ ਤੁਸੀਂ ਦੁੱਧ ਦੇ ਵਿੱਚ ਕਾਲਖ ਪਾ ਦਿੱਤੀ, ਕਾਂਜੀ ਤੁਸੀਂ ਦੁੱਧ ਵਿੱਚ ਕਾਲਖ, ਉਹਨਾਂ ਇਕੱਠਾ ਕਰ ਦਿੱਤਾ। ਕਿਉਂਕਿ ਉਹਨਾਂ ਨੂੰ ਪਤਾ ਲੱਗਾ, ਜਦੋਂ ਇਹ ਪਤਾ ਲੱਗਾ ਗੁਰੂ ਨਾਨਕ ਨੇ ਵਿਆਹ ਕਰਾ ਲਿਆ, ਕਈ ਤੇ ਕੰਨਾਂ ਨੂੰ ਹੱਥ ਲਾ ਕੇ ਇਹ ਕੀ ਹੋਇਆ, ਏਡਾ ਵੱਡਾ ਤਿਆਗੀ ਪੁਰਸ਼, ਸ਼ਾਦੀ ਹੋ ਗਈ, ਦੋ ਬੱਚੇ ਵੀ ਨੇ, ਬੜੇ ਯੋਗੀ ਮਿਲੇ ਪਰ ਵਿੱਚੋਂ ਅੱਧੇ ਉੱਠ ਕੇ ਚਲੇ ਗਏ, ਕਹਿੰਦੇ ਇਹ ਤਾਂ ਸੰਸਾਰੀ ਹੋ ਗਏ। ਸਤਿਗੁਰੂ ਨੇ ਕਿਹਾ ਸੰਸਾਰ ਇੱਕ ਹਿੱਸਾ ਹੈ, ਜ਼ਰੂਰੀ ਨਹੀਂ। ਆ ਤੁਸੀਂ ਕੱਲ੍ਹ ਸੰਸਾਰੀ ਕਦੋਂ ਇਹ ਮਨੁੱਖ, ਜਦੋਂ ਉਹਦੀ ਸੁਰਤ ਸੰਸਾਰ ਵਿੱਚ ਡੁੱਬ ਗਈ। ਕੱਲ੍ਹ ਦਾ ਦਿਹਾੜਾ ਸੀ ਵਿਸਾਖੀ ਦਾ, ਅਤੇ ਸਤਿਗੁਰੂ ਨੇ ਸਿੱਖਾਂ ਨੂੰ ਇੱਕ ਆਵਾਜ਼ ਦਿੱਤੀ, ਕਹਿਣ ਲੱਗੇ ਸਿੱਖ ਦਾ ਸਿਰ ਦਿਓ। ਸਿੱਖ ਦਾ ਸਿਰ, ਸਿੱਖ ਦਾ ਮਤਲਬ ਸਿੱਖ, ਉਹ ਇਸਤਰੀ ਜਾਂ ਪੁਰਸ਼ ਨਹੀਂ। ਆ ਬੜਾ ਵਿਵਾਦ ਚੱਲਦਾ, ਕਹਿੰਦੇ ਇਸਤਰੀ ਪੰਜ ਪਿਆਰਿਆਂ ਵਿੱਚ ਲੱਗਿਓ, ਸਿੱਖ ਸਿੱਖ ਹੈ ਸਿਰਫ। ਸਿੱਖ ਸ਼ਬਦ ਦਾ ਮਨੁੱਖੀ ਸਰੀਰ ਨਾਲ ਅਤੇ ਇਸਤਰੀ ਨਾਲ ਸੰਬੰਧ ਨਹੀਂ ਹੁੰਦਾ, ਉਹ ਸਿਰਫ ਸਿੱਖ। ਜਦੋਂ ਸਿਰ ਦਿੱਤਾ ਸਤਿਗੁਰੂ ਨੇ, ਸਿਰ ਲਿਆ, ਸਿਰ ਵੱਢਿਆ, ਕਿਸੇ ਨੇ ਪੁੱਛ ਲਿਆ ਮਹਾਰਾਜ ਸਿਰ ਦੀ ਇਕੱਲੀ ਲੋੜ ਜੇ, ਬਾਕੀ ਦਾ ਧੜ ਤੁਹਾਨੂੰ ਸਿੱਖ ਦਾ ਨਹੀਂ ਚਾਹੀਦਾ? ਸਤਿਗੁਰੂ ਨੇ ਕਿਹਾ
ਚਾਹੀਦਾ ਤਾਂ ਸਾਰਾ ਹੀ ਹੈ, ਪਰ ਮੈਂ ਸਿਰਫ ਉਸ ਚੀਜ਼ ਨੂੰ ਹੱਥ ਪਾਇਆ ਜਿਹੜੀ ਬੰਦੇ ਨੂੰ ਡੋਬ ਵੀ ਸਕਦੀ ਹੈ ਅਤੇ ਤਾਰ ਵੀ ਸਕਦੀ। ਮੈਨੂੰ ਉਹ ਚਾਹੀਦਾ। ਕਹਿਣ ਲੱਗੇ ਕਿਵੇਂ? ਤੁਸੀਂ ਆਮ ਤੌਰ 'ਤੇ ਵੇਖੋਗੇ ਪਾਣੀ ਵਿੱਚ ਬੰਦਾ ਭਾਵੇਂ ਇੱਕ ਘੰਟਾ ਬੈਠਾ ਰਹੇ, ਜੇ ਉਹਦਾ ਸਿਰ ਪਾਣੀ ਤੋਂ ਬਾਹਰ ਰਹੇ, ਮੋਢਿਆਂ ਤੱਕ ਗਲ ਤੱਕ ਡੁੱਬਾ ਰਹੇ ਅਤੇ ਘੰਟਾ ਛੱਡ ਕੇ 12 ਘੰਟੇ ਬੈਠਾ ਰਹੇ, ਮੌਤ ਨਹੀਂ ਹੋਵੇਗੀ। ਪਾਣੀ ਦੇ ਵਿੱਚ ਬੈਠਾ ਸਿਰ ਬਾਹਰ ਹੈ, ਪਰ ਜੇ ਸਿਰ ਡੁੱਬ ਗਿਆ ਤਾਂ 5-4 ਮਿੰਟ ਵੀ ਨਹੀਂ ਲੱਗਣਗੇ, ਸ਼ਾਇਦ 1 ਮਿੰਟ ਵਿੱਚ ਹੀ ਸਮਾਪਤੀ ਹੋ ਜਾਏ, ਮੌਤ ਹੋ ਜਾਏਗੀ। ਸਿਰ ਡੁੱਬਾ ਹੈ। ਸਤਿਗੁਰੂ ਨੇ ਕਿਹਾ ਸਿੱਖਾ, ਮੈਨੂੰ ਖਤਰਾ ਸੀ ਕਿਤੇ ਦੁਨੀਆ ਵਿੱਚ ਨਾ ਡੁੱਬ ਜਾਏ, ਇਸ ਕਰਕੇ ਮੈਂ ਸਿਰ ਤੇਰਾ ਤਾਂ ਲਿਆ, ਮੈਂ ਤੈਨੂੰ ਡੁੱਬਣ ਤੋਂ ਬਚਾਉਣਾ, ਬਾਕੀ ਦਾ ਧੜ ਸੰਸਾਰ ਵਿੱਚ ਰਹੇ, ਸਿਰ ਤੇਰਾ ਰੱਬ ਦੇ ਘਰ ਨਾਲ ਲੱਗਾ ਰਹੇ, ਤੈਨੂੰ ਕੋਈ ਖਤਮ ਕਰਨ ਵਾਲੇ ਨਹੀਂ। ਇਹ ਜੁਗਤ ਦੇ ਦਿੱਤੀ ਅਤੇ ਫਿਰ ਬਾਅਦ ਵਿੱਚ ਗੁਰਸਿੱਖਾਂ ਨੇ ਗੁਰੂ ਦੇ ਇਸੇ ਸਿਧਾਂਤ ਨੂੰ ਕਿਹਾ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਜਿੰਨਾ ਚਿਰ ਮਤ ਪਦਾਰਥ ਵਿੱਚ ਨਹੀਂ ਡੁੱਬਦੀ, ਪਦਾਰਥ ਹੈ ਹੀ ਕੋਈ ਨਹੀਂ ਉਹਨਾਂ ਚਿਰ, ਭਾਵੇਂ ਕਿਸੇ ਚੀਜ਼ ਦੀ ਵਰਤੋਂ ਕਰ ਲਓ, ਜਦੋਂ ਮਤ ਡੁੱਬੇਗੀ। ਇਸ ਲਈ ਸਤਿਗੁਰੂ ਨੇ 5 ਸਿਰ ਮੰਗੇ ਅਤੇ ਕਹਿੰਦੇ ਨੇ ਫਿਰ ਲਾ ਦਿੱਤੇ, ਨਾਲ ਜੋੜ ਦਿੱਤੇ, ਸਤਿਗੁਰ ਕੇ ਜਨਮੈ ਗਵਨ ਮਿਟਾਇਆ, ਨਵੇਂ ਜੀਵਨ ਦੇ ਦਿੱਤੇ, ਨਵੀਂ ਜ਼ਿੰਦਗੀ ਦੇ ਦਿੱਤੀ, ਜਿਹੜੀ ਡੁੱਬ ਨਹੀਂ ਸਕਦੀ ਕਦੀ, ਫੁੱਲ ਵਰਗੀ ਹੋ ਗਈ। ਹੁਣ ਇੱਥੇ ਇੱਕ ਧਿਆਨ ਰੱਖਣ ਵਾਲੀ ਲੋੜ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਮੇਰੀ ਅਤੇ ਪੀਰੀ ਮੈਂ ਇਕੱਠੀਆਂ 2 ਤਲਵਾਰਾਂ ਪਾਉਣੀਆਂ ਨੇ, ਮੈਂ ਭਗਤੀ ਅਤੇ ਸ਼ਕਤੀ ਨੂੰ ਇਕੱਠੇ ਕਰ ਦੇਣਾ, ਮੈਂ ਸੰਸਾਰ ਨੂੰ ਅਤੇ ਰੱਬ ਦੇ ਸੰਨਿਆਸ ਨੂੰ ਇੱਕੋ ਥਾਂ 'ਤੇ ਲੈ ਆਉਣਾ, ਇਕੱਠੇ ਕਰ ਦੇਣਾ। ਭਗਤਾਂ ਨੇ ਵੀ ਇਹ ਕੀਤਾ। ਹੁਣ ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜਦੋਂ ਜਦੋਂ ਕੋਈ ਰੱਬ ਦਾ ਪਿਆਰਾ ਪੈਗੰਬਰ ਜਾਂ ਉਪਦੇਸ਼ ਦਿੰਦੇ ਨੇ ਸਤਿਗੁਰੂ, ਸਮਾਂ ਪਾ ਕੇ ਤਾਂ ਦੂਰ ਦੀ ਗੱਲ ਏ, ਅਸੀਂ ਉਹਦੇ ਅਰਥ ਉਸੇ ਵੇਲੇ ਪਲਟਾ ਕੇ ਰੱਖਦੇ ਹਾਂ, ਅਸੀਂ ਉਹਦੇ ਅਰਥ ਉਸੇ ਵੇਲੇ ਪਲਟਾ ਕੇ ਰੱਖਦੇ ਹਾਂ। ਅਸੀਂ ਕਹਿੰਦੇ ਹਾਂ ਗੁਰੂ ਸਾਹਿਬ ਨੇ ਤਾਂ ਪਦਾਰਥ ਦੀ ਸਿੱਖ ਨੂੰ ਬਣਾਏ, ਪਦਾਰਥਵਾਦੀ ਜਿੱਡਾ ਵੱਡਾ ਕਰੋੜਪਤੀ ਓਡਾ ਵੱਡਾ ਸਿੱਖ, ਅਤੇ ਅਸੀਂ ਸਿੱਧ ਵੀ ਤਾਂ ਕਰ ਹੀ ਦਿੱਤਾ, ਅਸੀਂ ਸਿੱਧ ਕਰ ਹੀ ਦਿੱਤਾ ਨਾ, ਧਰਮੀ ਬੰਦਿਆਂ ਨੇ ਵੀ ਕਰ ਦਿੱਤਾ, ਵੀ ਫਲਾਣਾ ਬੰਦਾ ਕਿੰਨਾ ਕਿੱਡੀ ਕੁ ਵੱਡੀ ਸਾਮੀ ਹੈ, ਜੇ ਤਾਂ ਵੱਡੀ ਸਾਮੀ ਹੈ ਤਾਂ ਸਰੂਪਾ ਵੱਡਾ, ਅਤੇ ਜੇ ਛੋਟੀ ਸਾਮੀ ਹੈ ਤਾਂ ਸਰੂਪਾ ਛੋਟਾ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਅਸੀਂ ਉਹ ਸਿਸਟਮ ਤਬਦੀਲ ਕਰ ਦਿੱਤਾ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸੀ। ਉਹ ਕਿੰਨਾ ਕੁ ਵੱਡਾ ਸਿੱਖ ਹੈ, ਇਹਦੇ ਤੋਂ ਤੋਲਿਆ ਜਾਂਦਾ, ਪੈਸਿਆਂ ਤੋਂ ਤੋਲਿਆ ਜਾਂਦਾ ਹੈ, ਅਹੁਦੇ ਤੋਂ ਤੋਲਿਆ ਜਾਂਦਾ ਹੈ। ਇਹਨੂੰ ਤਾਂ ਵਿਪਰਨ ਕੀ ਰੀਤ ਕਿਹਾ। ਆਹ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਅਤੇ ਪ੍ਰਤੀਤ ਕਿੱਥੇ ਹੁੰਦੀ ਹੈ ਵੀ? ਹੁਣ ਤੁਸੀਂ ਚੌਵਾਂ ਪਾਸੇ ਝਾਤੀ ਮਾਰ ਕੇ ਵੇਖੋ, ਕਿਤੇ ਲੱਗਦਾ ਹੈ ਠੀਕ ਹੈ ਗੁਰੂ ਤੇ ਸਿਰ ਤੇ ਖੜਾ ਹੈ। ਅਸੀਂ ਪਲਟ ਕੇ ਰੱਖ ਦਿੱਤਾ ਹੈ। ਸਤਿਗੁਰੂ ਨੇ ਕਿਹਾ ਸੀ ਗੁਰੂ ਕੇ ਸਿੱਖਾ, ਹੁਣ ਤੂੰ ਧਿਆਨ ਰੱਖੀ, ਇਹ 2 ਚੀਜ਼ਾਂ ਮੈਂ ਤੈਨੂੰ ਦੇਣ ਲੱਗਾ, ਪਦਾਰਥ ਤੇ ਪਰਮਾਰਥ। ਮੈਂ 2 ਚੀਜ਼ਾਂ ਤੈਨੂੰ ਦੇਣ ਲੱਗਾ, ਕੀਰਤਨ ਤੇ ਕਿਰਤ। ਮੈਂ 2 ਚੀਜ਼ਾਂ ਤੈਨੂੰ ਦੇਣ ਲੱਗਾ, ਰਾਜ ਤੇ ਯੋਗ। ਜੇ ਸਾਡੇ ਗੁਰੂ ਕੋਲ ਸੀ ਤੇ ਗੁਰੂ ਨੇ ਤੇ ਦੇਣਾ ਹੀ ਸੀ ਨਾ, ਰਾਜ ਯੋਗ ਤਖਤ ਦੀਨ। ਗੁਰੂ ਰਾਮਦਾਸ, ਰਾਜ ਤੇ ਯੋਗ ਉਹਨਾਂ ਦੇ ਕੋਲ ਸੀ, ਉਹਨਾਂ ਸਾਨੂੰ ਰਾਜ ਵੀ ਦਿੱਤਾ ਤੇ ਸਾਨੂੰ ਯੋਗ ਵੀ ਦਿੱਤਾ, ਭਗਤੀ ਵੀ ਦੇ ਦਿੱਤੀ, ਪਰ ਫਰਕ ਅਸੀਂ ਉਹਦੇ ਵਿੱਚ ਪਾ ਦਿੱਤਾ। ਸਤਿਗੁਰੂ ਨੇ ਕਿਹਾ ਸੀ ਕਿ ਤੇਰੇ ਯੋਗ ਦੇ ਵਿੱਚ ਰਾਜ ਨਾ ਆਵੇ, ਤੇਰੇ ਰਾਜ ਦੇ ਵਿੱਚ ਯੋਗ ਆ ਜਾਏ। ਇੱਥੇ ਅਸੀਂ ਪਲਟਾ ਦਿੱਤਾ, ਤੇਰਾ ਘਰ ਉਸ ਤਰ੍ਹਾਂ ਹੋ ਜਾਏ ਜਿਵੇਂ ਦਾ ਗੁਰਦੁਆਰਾ ਹੈ, ਤੂੰ ਗੁਰਦੁਆਰੇ ਨੂੰ ਕਿਤੇ ਘਰ ਨਾ ਬਣਾ ਦੇ। ਇੱਥੇ ਅਸੀਂ ਫਰਕ ਪਾ ਦਿੱਤਾ। ਜਿਹੜੇ ਰਾਜੇ ਜੋਗੀ ਸਾਨੂੰ ਗੁਰੂ ਨੇ ਬਣਾਇਆ ਸੀ, ਉਹ ਸਤਿਗੁਰੂ ਨੇ ਕਿਹਾ ਸੀ, ਸਵਾਲ ਇਹ ਖੜਾ ਹੁੰਦਾ ਹੈ ਵੀ ਸਿੱਖ ਦੇ ਮਾਇਆ ਦੇ ਵਿੱਚ ਧਰਮ ਆਉਂਦਾ ਹੈ ਕਿ ਸਿੱਖ ਦੀ ਧਰਮ ਦੇ ਵਿੱਚ ਮਾਇਆ ਚਲੀ ਜਾਂਦੀ ਹੈ। ਇਹ ਬੜੇ ਧਿਆਨ ਨਾਲ ਵੇਖਣ ਵਾਲੀ ਲੋੜ ਹੈ, ਕਿਉਂਕਿ ਇਹਦੇ ਵਿੱਚ ਆਮ ਬੰਦਾ ਫਰਕ ਪੈ ਸਕਦਾ, ਨਾਲੇ ਸਾਨੂੰ ਤਾਂ ਫਰਕ ਪਾਏ ਜਾ ਸਕਦਾ, ਪਾਇਆ ਜਾਂਦਾ ਰਿਹਾ ਸ਼ੁਰੂ ਤੋਂ ਲੈ ਕੇ।
ਹੁਣ ਤੱਕ ਪਾਇਆ ਜਾਂਦਾ ਰਿਹਾ, ਸਾਨੂੰ ਕਿਹੜੀ ਸਮਝ ਆਉਣੀ ਹੈ? ਨਾ ਸਾਨੂੰ ਉਸ ਤਰ੍ਹਾਂ ਦੱਸਿਆ ਜਾਏ, ਨਾ ਸਾਨੂੰ ਪਤਾ ਲੱਗੇ ਵੀ ਹੋ ਕੀ ਰਿਹਾ ਹੈ। ਸਾਨੂੰ ਭੁਲੇਖਾ ਪਾ ਦਿੱਤਾ ਵੀ ਮਾਇਆ ਦੇ ਧਰਮ ਦੇ ਵਿੱਚ ਮਾਇਆ ਆ ਸਕਦੀ, ਮਾਇਆ ਵਿੱਚ ਧਰਮ ਨਹੀਂ ਆ ਸਕਦਾ। ਦੁਕਾਨ ਗੁਰਦੁਆਰਾ ਨਹੀਂ ਬਣ ਸਕਦੀ, ਗੁਰਦੁਆਰਾ ਦੁਕਾਨ ਬਣ ਸਕਦਾ, ਉਲਟ ਕਰ ਦਿੱਤਾ ਸੀ। ਆ ਤੁਸੀਂ ਬਾਣੀ ਪੜ੍ਹ ਕੇ ਵੇਖੋ, ਭਗਤ ਨਾਮਦੇਵ ਜੀ ਦੀ ਦੁਕਾਨ ਮੰਦਰ ਬਣ ਗਈ। ਇੱਕ ਸ਼ਬਦ ਮੈਂ ਸਾਂਝਾ ਕਰਦਿਆਂ ਗੁਰਬਾਣੀ ਵਿੱਚੋਂ, ਵਿਸ਼ਾ ਇਸੇ ਤਰ੍ਹਾਂ ਦਾ ਹੀ ਹੈ, ਥੋੜ੍ਹਾ ਜਿਹਾ ਇਹ ਕੌੜਾ ਵੀ ਹੈ ਵਿੱਚ ਵਿੱਚ, ਪਰ ਹੁਣ ਇਹ ਮੇਰੀ ਵੀ ਮਜਬੂਰੀ ਹੈ ਕਿ ਉਹ ਗੱਲ ਹੁਣ ਕਹਿਣੀ ਤਾਂ ਪੈਣੀ। ਭਗਤ ਨਾਮਦੇਵ ਜੀ ਦੀ ਜਿਹੜੀ ਦੁਕਾਨ ਹੈ, ਉੱਥੇ ਕੱਪੜੇ ਰੰਗਦੇ ਨੇ ਅਤੇ ਉੱਥੇ ਦੁਕਾਨ ਦੇ ਵਿੱਚ ਮੰਦਰ ਬਣ ਗਿਆ, ਦੁਕਾਨ ਵਿੱਚ। ਤਾਂ ਹੀ ਉਹਨਾਂ ਨੇ ਕਿਹਾ ਨਾ, ਰਾਂਗਣ ਰਾਂਗੋਂ ਸੀਵਣ ਸੀਵੋਂ, ਰਾਮ ਨਾਮ ਬਿਨ ਘਰੀ ਨਾ ਜੀਵੋਂ। ਜਿੱਥੇ ਕੱਪੜੇ ਰੰਗਦੇ ਨੇ ਨਾਮਦੇਵ, ਉੱਥੇ ਹੀ ਭਗਤੀ ਸ਼ੁਰੂ ਹੋ ਗਈ, ਉੱਥੇ ਕੀਰਤਨ ਸ਼ੁਰੂ ਹੋ ਗਿਆ ਕੱਪੜਿਆਂ ਦੇ ਵਿੱਚ। ਮਨ ਮੇਰੋ ਗੱਜ ਜੇਬਾ ਮੇਰੀ ਕਾਤੀ, ਮੱਪ ਮੱਪ ਕਾਟੋਂ ਜਮਕੀ ਫਾਂਸੀ। ਉੱਥੇ ਕੈਂਚੀ ਚੱਲਦੀ, ਕੱਪੜੇ ਕੱਟਣ ਲਈ ਗੱਜ ਚੱਲਦਾ, ਅਤੇ ਨਾਮਦੇਵ ਜੀ ਨੇ ਉੱਥੇ ਵਿਆਖਿਆ ਕਰ ਦਿੱਤੀ ਨਾਮ ਦੀ। ਜਿੱਥੇ ਕੰਮ ਚੱਲੀ ਜਾਂਦਾ, ਜਿੱਥੇ ਕੰਮ ਹੋ ਰਿਹਾ ਉਹਦੇ ਵਿੱਚ ਧਰਮ ਚਲਾ ਗਿਆ, ਸੰਸਾਰ ਦੇ ਵਿੱਚ ਧਰਮ ਪ੍ਰਵੇਸ਼ ਕਰ ਗਿਆ। ਬਿਲਕੁਲ ਸਹੀ ਰਸਤਾ ਹੈ, ਦੁਕਾਨ ਦੇ ਵਿੱਚ ਧਰਮ ਪ੍ਰਵੇਸ਼ ਕਰ ਗਿਆ, ਕੰਮਾਂ ਦੇ ਵਿੱਚ ਧਰਮ ਆ ਗਿਆ, ਸਾਰੀਆਂ ਚੀਜ਼ਾਂ ਵਿੱਚ ਧਰਮ ਪ੍ਰਵੇਸ਼ ਕਰ ਗਿਆ। ਗੁਰੂ ਸਾਹਿਬ ਦੀ ਜੁਗਤ ਇਹ ਸਫਲ ਹੋ ਗਈ ਵੀ ਜਿੱਥੇ ਗੁਰੂ ਸਾਹਿਬ ਨੇ ਸਿੱਖ ਨੂੰ ਗ੍ਰਿਸਤੀ ਬਣਾਇਆ, ਰਾਜੇ ਜੋਗੀ ਬਣਾਇਆ, ਉੱਥੇ ਭਗਤ ਨਾਮਦੇਵ ਜੀ ਦੀ ਦੁਕਾਨ ਮੰਦਰ ਬਣ ਗਈ, ਅਤੇ ਦੂਜੇ ਪਾਸੇ ਮੰਦਰ ਨੂੰ ਦੁਕਾਨ ਬਣਾ ਦਿੱਤਾ ਪੰਡਤਾਂ ਨੇ। ਇਹ ਗਲਤੀ ਉਹਨਾਂ ਨੇ ਵੀ ਕੀਤੀ ਸੀ, ਇਹ ਗਲਤੀ ਅਸੀਂ ਵੀ ਕਰ ਰਹੇ ਹਾਂ। ਬਸ ਇੱਥੇ ਅਸੀਂ ਉਸ ਚੀਜ਼ ਨੂੰ ਬਦਲ ਦਿੱਤਾ ਹੈ ਕਿ ਅਸੀਂ ਧਰਮ ਨੂੰ ਸੰਸਾਰ ਦੀ ਰੰਗਤ ਦੇ ਦਿੱਤੀ ਹੈ, ਸੰਸਾਰ ਦੀਆਂ ਵਿਚਾਰਾਂ ਦੀ ਰੰਗਤ ਦੇ ਦਿੱਤੀ ਹੈ, ਧਰਮ ਦੇ ਵਿੱਚ ਸਾਡਾ ਸੰਸਾਰ ਪ੍ਰਵੇਸ਼ ਕਰ ਗਿਆ। ਅੱਜ ਦਾ ਧਰਮੀ ਸੰਸਾਰੀ ਹੈ, 99% ਕੀ 100% ਸੰਸਾਰੀ ਹੈ। ਉੱਥੇ ਵਿਆਖਿਆ ਸੰਸਾਰ ਦੀ ਹੁੰਦੀ ਹੈ, ਤੁਸੀਂ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਕਰੋ, ਸਰੋਤੇ ਸੌਣ ਲੱਗ ਪੈਂਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਸੀਂ 2-4 ਸ਼ਬਦ ਮਾਇਆ ਵਾਲੇ ਕੱਢੋ ਅਤੇ ਜਕਾਰੇ ਛੁੱਟਣ ਲੱਗ ਪੈਂਦੇ ਨੇ। ਹੁਣ ਅਸੀਂ ਵੀ ਸੋਚਿਆ ਵੀ ਜਕਾਰੇ ਤਾਂ ਜ਼ਰੂਰੀ ਛੁਟਾਉਣੇ ਨੇ, ਬਾਕੀ ਭਾਵੇਂ ਹੋਵੇ, ਕੰਮ ਕਿਵੇਂ ਚੱਲੇ? ਜਦਕਿ ਸਤਿਗੁਰੂ ਹੋਰ ਕੁਝ ਕਹਿ ਰਹੇ ਸੀ। ਉਹਨਾਂ ਨੇ ਸਿਰਫ ਮਾਇਆ ਨੂੰ ਪੂਰਕ ਦੱਸਿਆ ਜੀਵਨ ਦਾ, ਕਿ ਉਹ ਇੱਕ ਸਪੋਰਟ ਹੈ ਜ਼ਿੰਦਗੀ ਦੀ, ਜ਼ਰੂਰੀ ਹੈ ਸਿੱਖ ਦੇ ਕੋਲ, ਇਹਦੇ ਬਿਨਾਂ ਚੱਲਦਾ ਨਹੀਂ, ਸਰਦਾ ਨਹੀਂ। ਪਰ ਜੇ ਸਿਰ ਚੜ੍ਹ ਗਈ ਤਾਂ ਫਿਰ ਤੇਰੀ ਜ਼ਿੰਦਗੀ ਉਸ ਫੁੱਲ ਵਰਗੀ ਹੋ ਜਾਏਗੀ ਜਿਹਦੀ ਜੜ੍ਹ ਵਿੱਚ ਤੂੰ ਮਲੀ ਪਾਈਏ, ਦੁਰਗੰਧੀ ਪਾਈਏ, ਅਤੇ ਉਹਦਾ ਸਿਰ ਜਿਹੜਾ ਆਕਾਸ਼ ਵਿੱਚ ਸੁਗੰਧੀ ਦੇ ਰਿਹਾ, ਪਰ ਜੇ ਉਹ ਫੁੱਲ ਝੁੱਕ ਕੇ ਉਸ ਰੂੜੀ ਵਿੱਚ ਡਿੱਗ ਪਿਆ ਤਾਂ ਉਹਨੇ ਵੀ ਦੁਰਗੰਧੀ ਦੇਣ ਲੱਗ ਪੈਣੀ। ਇਸ ਕਰਕੇ ਮੀਰੀ ਅਤੇ ਪੀਰੀ ਦੇ ਅਰਥ ਅੱਜ ਖਾਸ ਤੌਰ 'ਤੇ ਸਿੱਖ ਨੂੰ ਸਮਝਣੇ ਪੈਣਗੇ, ਸਮਝ ਤੋਂ ਕੰਮ ਲੈਣਾ ਪਏਗਾ। ਕਿਸੇ ਨੇ ਬਹੁਤ ਸੋਹਣੀ ਗੱਲ ਕਹੀ ਹੈ, ਇੱਕ ਸਿੱਖ ਕਹਿੰਦਾ ਹੈ ਅਸੀਂ ਸਿਰ ਬੜੇ ਦਿੱਤੇ ਨੇ, ਮੁਬਾਰਕ ਚੰਗੀ ਗੱਲ, ਅਸੀਂ 85% ਸਿਰ ਦਿੱਤੇ ਨੇ ਦੇਸ਼ ਦੀ ਆਜ਼ਾਦੀ ਵਾਸਤੇ, ਸ਼ੁਰੂ ਤੋਂ ਗਿਣ ਕੇ ਵੇਖ ਲਓ, ਇੱਕ ਸੱਚਾਈ ਹੈ ਸਿਰ ਬੜੇ ਦਿੱਤੇ ਨੇ, ਅਤੇ ਦੂਜਾ ਥੋੜ੍ਹਾ ਜਿਹਾ ਵੇਖ ਵੇਖ ਕੇ ਅੱਕ ਚੁੱਕਾ ਸੀ ਵੀ ਅਸੀਂ ਸਿਰ ਹੀ ਦੇਣੇ ਨੇ ਕਿ ਹੋਰ ਵੀ ਕੁਝ ਮਿਲੇਗਾ। ਉਹ ਕਹਿੰਦਾ ਵੀ ਸਿਰ ਦੇ ਹੀ ਆਉਂਦੇ ਹੋ, ਸਿਰ ਤੋਂ ਕੰਮ ਵੀ ਲੈ ਲਵੋ, ਕਿੱਧਰ ਦੇ ਜਾਂਦੇ ਸਿਰ, ਇਕੱਲੇ ਸਿਰ ਹੀ ਦੇਣੇ ਨੇ ਅਸੀਂ ਸਿਰਫ, ਸਿੱਖ ਸਿਰਫ ਕੁਰਬਾਨੀਆਂ ਕਰਨ ਵਾਸਤੇ ਬਣਿਆ, ਅਤੇ ਉੱਤੋਂ ਅਸੀਂ ਗਰਮਾ ਗਰਮ ਭਾਸ਼ਣ ਦੇ ਕੇ ਹੋਰ ਬੁੱਧੀ ਨੂੰ ਜਿਹੜਾ ਅਸੀਂ ਕਰ ਦਿੰਦੇ ਹਾਂ ਗਰਮ, ਵੀ ਕੁਰਬਾਨੀਆਂ ਦਿਓ, ਕੁਰਬਾਨੀਆਂ ਦਿਓ। ਨਹੀਂ, ਸਤਿਗੁਰੂ ਨੇ ਕਿਹਾ ਤੂੰ ਕੁਰਬਾਨੀਆਂ ਦੇਣਾ, ਤੂੰ ਸਿਰ ਵੀ ਦੇ, ਬੜਾ ਜ਼ਰੂਰੀ ਹੈ ਸਿਰ ਦੇ, ਪਰ ਸਿਰ ਦੇਣ ਤੋਂ ਬਾਅਦ ਸਿਰ ਤੋਂ ਕੰਮ ਵੀ ਲੈ, ਵੀ ਤੈਨੂੰ ਮਿਲਿਆ ਕੀ ਹੈ ਸਿਰ ਦੇ, ਪਹਿਲਾਂ ਉਹਦਾ ਲੇਖਾ ਜੋਖਾ ਕਰ, ਪਹਿਲਾਂ ਉਹਨੂੰ ਸਮਝ। ਇਸੇ ਤਰ੍ਹਾਂ ਸਾਨੂੰ ਇਹ ਵੀ ਸਮਝ ਕੋਈ ਨਹੀਂ ਆਈ ਵੀ ਰਾਜ ਅਤੇ ਯੋਗ ਦੇ ਅਰਥ ਕੀ ਨੇ। ਰਾਜ ਅਤੇ ਯੋਗ ਦੇ ਅਰਥ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਤੇਰੇ ਬਾਹਰ ਬਾਹਰ ਰਵੇ ਸੰਸਾਰ, ਤੇਰੇ ਅੰਦਰ ਰਵੇ ਸੰਨਿਆਸ।
ਰੱਬ ਦੀ ਯਾਦ ਬਣੀ ਰਹੇ, ਕਦੇ ਟੁੱਟੇ ਨਾ। ਉੱਥੇ ਗੁਰੂ ਇਸ ਤਰ੍ਹਾਂ ਦਾ ਹੈ, ਮੈਂ ਕੱਲ੍ਹ ਹੀ ਇੱਕ ਥਾਂ 'ਤੇ ਬੇਨਤੀ ਕਰ ਰਿਹਾ ਸੀ ਕਿ ਆਪਣਾ ਮੇਰਾ ਤਜਰਬਾ, ਮੈਂ ਦੂਜਿਆਂ ਵਾਸਤੇ ਨਹੀਂ, ਵੀ ਗੁਰੂ ਗੋਬਿੰਦ ਸਿੰਘ ਨਾਲ ਸਾਡੀ ਸਾਂਝ ਕਿਵੇਂ ਬਣੇਗੀ। ਸਾਂਝ ਤਾਂ ਬਣੇਗੀ ਨਾ ਅੰਦਰਲੇ ਸੁਭਾਅ ਤੋਂ, ਅਤੇ ਉਹ ਗੁਰੂ ਕਹਿੰਦਾ ਵੀ ਮੇਰਾ ਇੱਥੇ ਆਉਣ ਨੂੰ ਚਿੱਤ ਨਹੀਂ ਸੀ ਕਰਦਾ, ਚਿੱਤ ਨਾ ਭਇਓ ਹਮਰੋ ਆਵਣ ਕਹਿ, ਅਤੇ ਸਾਡਾ ਇੱਥੋਂ ਜਾਣ ਨੂੰ ਚਿੱਤ ਨਹੀਂ ਕਰਦਾ। ਫਰਕ ਜ਼ਮੀਨ ਅਸਮਾਨ ਦਾ ਪੈ ਗਿਆ, ਫਰਕ ਬਹੁਤ ਪੈ ਗਿਆ। ਅਤੇ ਫਰਕ ਤਾਂ ਥੋੜ੍ਹਾ ਜਿਹਾ ਪੈ ਜਾਏ, ਆਹ ਹੁਣ ਲਾਈਟ ਚੱਲ ਰਹੀ ਹੈ ਜਿੱਥੇ ਕੁੰਡੀ ਲੱਗੀ, ਫਰਕ ਤਾਂ ਇੱਕ ਸੂਤਰ ਭਰ ਪੈ ਗਿਆ, ਇੰਚ ਤਾਂ ਬਹੁਤ ਵੱਡਾ, ਸਾਰੀਆਂ ਲਾਈਟਾਂ ਬੰਦ ਹੋ ਜਾਣ। ਜਿੱਥੇ ਤਾਰ ਲੱਗੀ ਹੈ ਥੋੜ੍ਹਾ ਜਿਹਾ, ਆ ਸਾਰੇ ਕੁਝ ਸਿਸਟਮ ਨੂੰ ਜਿਹੜਾ ਚਲਾ ਰਿਹਾ ਉਹ ਸੂਤਰ ਭਰ ਤਾਰਾਂ ਦਾ ਫਰਕ ਪੈ ਗਿਆ ਅਤੇ ਸਭ ਬੰਦ। ਅਤੇ ਜਿੱਥੇ ਗੈਪ ਬਹੁਤ ਜ਼ਿਆਦਾ ਪੈ ਗਿਆ ਉੱਥੇ ਲਾਈਟਾਂ ਕਿਵੇਂ ਜਗਣਗੀਆਂ, ਲਾਈਟ ਕਿਵੇਂ ਜਗੇਗੀ, ਉਹ ਜੋਤ ਕਿਵੇਂ ਜਗੇਗੀ ਜਿਹਨੂੰ ਕਲਗੀਧਰ ਪਾਤਸ਼ਾਹ ਨੇ ਇਹ ਸ਼ਬਦ ਕਹੇ ਸਨ ਕਿ ਪੂਰਨ ਜੋਤ ਜਪੈ ਨਿਸ਼ਬਾਸਰ ਏਕ ਬਿਨਾ ਮਨ ਨਾਇਕ ਨਾ ਆਨੈ। ਇਹ ਖਾਲਸੇ ਦੀ ਪਰਿਭਾਸ਼ਾ ਇੱਥੋਂ ਸ਼ੁਰੂ ਹੁੰਦੀ ਹੈ ਵੀ ਉਹਨੇ ਕੀ ਕਰਨਾ। ਖਾਲਸੇ ਨੇ ਕਰਨਾ ਕਿਹਾ ਇੱਕੋ ਹੀ ਜਿਹੜਾ ਸਵੱਈਆ ਹੈ ਨਾ, ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਦੀ ਸੰਪੂਰਨ ਰਹਿਤ ਦੱਸ ਦਿੱਤੀ ਵੀ ਉਹ ਕਿਵੇਂ ਦਾ। ਉਹਦੇ ਵਿੱਚ ਪਹਿਲਾਂ ਕਰਨ ਵਾਲੇ ਕੰਮ ਦੱਸੇ ਅਤੇ ਅਗਲੀਆਂ ਪੰਕਤੀਆਂ ਦੇ ਵਿੱਚ ਨਾ ਕਰਨ ਵਾਲੇ ਦੱਸੇ, ਨਾ ਕਰਨ ਵਾਲੇ। ਹੁਣ ਅਸੀਂ ਕੀ ਕਰ ਰਹੇ ਹਾਂ, ਅਸੀਂ ਨਾ ਕਰਨ ਵਾਲਿਆਂ ਦੀ ਵਿਆਖਿਆ ਜ਼ਿਆਦਾ ਕਰ ਰਹੇ ਹਾਂ, ਕਰਨ ਵਾਲੇ ਦੀ ਵਿਆਖਿਆ ਹੋ ਹੀ ਨਹੀਂ ਰਹੀ। ਇਸ ਸਵੱਈਏ ਨੂੰ ਪੜ੍ਹੋ, ਇਹਦੀਆਂ ਪਹਿਲੀਆਂ ਦੋ ਪੰਕਤੀਆਂ ਗੁਰੂ ਸਾਹਿਬ ਸਿੱਖ ਨੂੰ ਕਰਨ ਲਈ ਕਹਿੰਦੇ ਵੀ ਤੂੰ ਆਹ ਕਰਨਾ ਤਾਂ ਤੂੰ ਖਾਲਸਾ ਹੈ, ਅਤੇ ਉਹਦੇ ਤੋਂ ਅੱਗੇ ਕਹਿਣਗੇ ਵੀ ਆਹ ਨਹੀਂ ਕਰਨਾ, ਫਿਰ ਤਾਂ ਕੋਈ ਮੁੱਲ ਪਏਗਾ ਨਾ ਬਈ ਤੂੰ ਇਹ ਵਰਤ ਨਹੀਂ ਰੱਖਦਾ, ਤੂੰ ਕਿਤੇ ਹਵਨ 'ਤੇ ਨਹੀਂ ਜਾਂਦਾ, ਤੂੰ ਕਿਤੇ ਆ ਮੜੀਆਂ ਨੂੰ ਨਹੀਂ ਪੂਜਦਾ, ਫਿਰ ਤਾਂ ਤੇਰਾ ਮੁੱਲ ਵੀ ਪੈ ਜਾਏਗਾ ਜਦੋਂ ਨਾਮ ਜਪੇਗਾ, ਅਤੇ ਜੇ ਨਾਮ 'ਤੇ ਜਪਦਾ ਨਹੀਂ ਤਾਂ ਇਕੱਲੀ ਇਹਨਾਂ ਗੱਲਾਂ ਵਿੱਚ ਹੀ ਪਿਆ, ਇਹਨਾਂ ਦਾ ਮੁੱਲ ਤਾਂ ਪੈਣਾ। ਇਸ ਲਈ ਸ਼ੁਰੂ ਵਿੱਚ ਕਿਹਾ ਪੂਰਨ ਜੋਤ ਜਪੈ ਨਿਸ ਬਾਸਰ, ਨਿਸ ਕਹਿੰਦੇ ਰਾਤ ਨੂੰ, ਬਾਸੁਰ ਕਹਿੰਦੇ ਦਿਨ ਨੂੰ। ਖਾਲਸਾ ਦਿਨ ਰਾਤ ਉਸ ਜੋਤ ਨੂੰ ਜਪਦਾ, ਉਸ ਲਾਈਟ ਨੂੰ, ਉਸ ਪ੍ਰਕਾਸ਼ ਨੂੰ, ਉਸ ਗਿਆਨ ਨੂੰ, ਉਸ ਚਾਨਣ ਨੂੰ, ਉਸ ਵਿਸ਼ਵਾਸ ਨੂੰ ਜਪ ਰਿਹਾ, ਜਾਗਿਆ ਹੋਇਆ, ਉਸ ਰੱਬ ਦੇ ਸ਼ਬਦ ਨੂੰ ਗਾ ਰਿਹਾ ਅੰਦਰ। ਪੂਰਨ ਜੋਤ ਜਪੈ ਨਿਸ ਬਾਸਰ, ਪਹਿਲੀ ਰਹਿਤ ਖਾਲਸਾ ਦੀ ਸਭ ਤੋਂ ਪਹਿਲੀ, ਇੱਥੋਂ ਸ਼ੁਰੂਆਤ ਹੁੰਦੀ ਹੈ। ਅਤੇ ਜੇ ਸ਼ੁਰੂਆਤ ਨਾ ਹੋਈ, ਜੇ ਮਕਾਨ ਦੀ ਨੀਂਹ ਵਾਲੀ ਇੱਟ ਨਾ ਟਿਕੀ ਅਤੇ ਉੱਪਰ ਵਾਲੀਆਂ ਦੀ ਆਸ ਨਾ ਕਰਨੀ। ਗੁਰਸਿੱਖ ਦੀ ਆਰੰਭਤਾ ਹੁੰਦੀ ਏ ਇੱਥੋਂ ਜਪਣ ਤੋਂ, ਪੂਰਨ ਜੋਤ ਜਪੈ ਨਿਸ ਬਾਸਰ। ਫਿਰ ਹੁਣ ਅੰਦਰਲੀ ਗੱਲ ਇਰਾਦੇ ਦੀ, ਉਹ ਕਿਹੜੀ ਏ, ਏਕ ਬਿਨਾ ਮਨ ਨਾਇਕ ਨਾ ਆਨੈ। ਇੱਕ ਤੋਂ ਬਿਨਾ ਉਹਦਾ ਇਰਾਦਾ ਹੀ ਬੜਾ ਪੱਕਾ ਹੈ, ਭਰੋਸਾ ਬੜਾ ਪੱਕਾ, ਇੱਕ ਤੋਂ ਬਿਨਾ ਦੂਜੇ ਵੱਲ ਉਹਦਾ ਧਿਆਨ ਜਾਂਦਾ ਹੀ ਨਹੀਂ। ਆ ਕਈ ਚੀਜ਼ਾਂ ਸੰਯੋਗ ਬਸ ਨੇ। ਕੱਲ੍ਹ ਵਿਸਾਖੀ ਦਾ ਦਿਨ ਸੀ ਅਤੇ ਬੇਨਤੀ ਕਰਦਿਆਂ ਖਿਆਲ ਆਇਆ ਵੀ ਕੁਦਰਤੀ ਤੌਰ 'ਤੇ ਸਤਿਗੁਰੂ ਨੇ ਪੰਜ ਪਿਆਰਿਆਂ ਨੂੰ ਚੁਣਿਆ ਅਤੇ ਨਾ ਵੇਖੋ ਕਿਵੇਂ ਇੱਕ ਦੂਜੇ ਨਾਲ ਮਿਲੇ ਹੋਏ ਨੇ ਪੰਜ ਪਿਆਰੇ, ਅਤੇ ਪਹਿਲੇ ਚਾਰ ਪਿਆਰਿਆਂ ਦੇ ਨਾਮ ਵੇਖੋ, ਉਹ ਚਾਰ ਅਵਸਥਾਵਾਂ ਨੇ। ਜਿਹੜਾ ਉਹਨਾਂ ਚਾਰ ਅਵਸਥਾਵਾਂ ਨੂੰ ਪਾਸ ਕਰ ਗਿਆ ਤੇ ਪੰਜਵੀਂ ਆਪਣੇ ਆਪ ਆ ਜਾਏਗਾ। ਉਹਦੇ ਵਿੱਚ ਪਹਿਲੀ ਅਵਸਥਾ ਹੈ ਭਾਈ ਦਇਆ ਸਿੰਘ ਜੀ, ਅਤੇ ਸਭ ਤੋਂ ਪਹਿਲਾਂ ਜਿਹੜੇ ਅੰਮ੍ਰਿਤਧਾਰੀ ਸਿੰਘ ਨੇ ਅੰਮ੍ਰਿਤ ਛਕਿਆ, ਜਿਹੜਾ ਗੁਰੂ ਦੇ ਹੁਕਮ ਵਿੱਚ ਤੁਰਦਾ ਅਰਦਾਸ ਕਰਦਾ ਹੈ, ਅਤੇ ਜੇ ਉਹਦੇ 'ਤੇ ਭਾਈ ਦਇਆ ਸਿੰਘ ਜੀ ਨੇ ਕਿਰਪਾ ਕਰ ਦਿੱਤੀ, ਆਪਣੇ ਜੀਵਨ ਵਿੱਚੋਂ ਕਿਣਕਾ ਰੱਖ ਦਿੱਤਾ ਵੀ ਲੈ ਸਿੱਖਾ ਹੁਣ ਤੇਰੇ ਵਿੱਚ ਦਇਆ ਆਵੇਗੀ, ਹੁਣ ਦਇਆ ਆਉਣੀ ਸ਼ੁਰੂ ਹੋ ਗਈ, ਪਹਿਲਾ ਗੁਣ ਆ ਗਿਆ ਅੰਮ੍ਰਿਤਧਾਰੀ ਸਿੰਘ ਦੇ ਵਿੱਚ, ਦਇਆ ਅੰਦਰੋਂ ਫੁੱਟ ਫੁੱਟ ਕੇ ਪੈਂਦੀ ਬਾਹਰ। ਹੁਣ ਦਿਆਲੂ ਦੇ ਵਿੱਚ ਕੁਝ ਗੁਣ ਆਪਣੇ ਆਪ ਆ ਜਾਣਗੇ, ਦਇਆ ਆਵੇਗੀ ਅਤੇ ਕੀ ਆਵੇਗਾ, ਦਇਆ ਆਏਗੀ ਅਤੇ ਦੂਜੇ ਦਾ ਧੰਨ ਨਹੀਂ ਮਨੁੱਖ ਖੋਵੇਗਾ, ਈਰਖਾ ਵੀ ਨਹੀਂ ਕਰੇਗਾ ਜਿਹਦੇ ਵਿੱਚ ਦਇਆ। ਇਹ ਬੁਨਿਆਦੀ ਗੁਣ ਹੈ। ਅਸੀਂ ਬਾਹਰੋਂ ਕਹਿੰਦੇ ਰਹੀਏ ਜੀ ਖੋਵੋ ਨਾ, ਈਰਖਾ ਨਾ ਕਰੋ, ਈਰਖਾ ਤਾਂ ਹੋ ਹੀ ਜਾਣੀ, ਈਰਖਾ ਤਾਂ ਈਰਖਾ ਮੈਨੇ
ਜਦੋਂ ਅਸੀਂ ਦਇਆ ਤੋਂ ਖਾਲੀ ਹਾਂ ਉਹੀ ਐਨਰਜੀ ਈਰਖਾ ਵਿੱਚ ਤਬਦੀਲ ਹੋ ਜਾਣੀ। ਉਹਨੇ ਆਉਣਾ ਹੀ ਆਉਣਾ ਹੈ, ਐਵੇਂ ਦਿਮਾਗ ਨੂੰ ਦੱਬੀ ਫਿਰੀਏ ਵੀ ਈਰਖਾ ਨਾ ਆਵੇ, ਉਹਨੇ ਆਉਣਾ ਹੀ, ਧੂੰਆਂ 'ਤੇ ਨਿਕਲਣਾ ਹੀ ਹੈ, ਅੱਗ ਬਲਦੀ ਕੋਈ ਨਹੀਂ। ਲੱਕੜਾਂ ਗਿੱਲੀਆਂ ਹੋਣ, ਅੱਗ ਬਲੇ ਨਾ ਅਤੇ ਉੱਤੋਂ ਚੁੱਲ੍ਹ ਨੂੰ ਦੱਬੀ ਜਾਓ ਜੀ, ਧੂੰਆਂ ਨਹੀਂ ਆਉਣਾ ਚਾਹੀਦਾ, ਆਵੇ ਗਈ ਉਹ ਤਾਂ ਈਰਖਾ ਨੇ ਤਾਂ ਆਉਣਾ ਹੀ ਆਉਣਾ, ਦਇਆ ਤਾਂ ਹੈ ਹੀ ਕੋਈ ਨਹੀਂ। ਅਤੇ ਦਇਆ ਹੈ ਕੋਈ ਨਹੀਂ, ਕਿਉਂ? ਨਾਮ ਕੋਈ ਨਹੀਂ ਉੱਥੇ, ਗੁਰੂ ਕੀ ਮੱਤ ਨਹੀਂ। ਜਿੱਥੇ ਦਇਆ ਨਹੀਂ ਉੱਥੇ ਈਰਖਾ ਆਪਣੇ ਆਪ ਆਏਗੀ, ਉੱਥੇ ਬੰਦਾ ਦੂਜੇ ਦਾ ਧਨ ਵੀ ਖੋਏਗਾ, ਉੱਥੇ ਕਿਸੇ ਨੂੰ ਕੁਝ ਦੇ ਵੀ ਨਹੀਂ ਸਕੇਗਾ। ਇਸ ਕਰਕੇ ਜਿਸ ਦਿਨ ਸਿੱਖ ਦੇ ਜੀਵਨ ਵਿੱਚ ਭਾਈ ਦਇਆ ਸਿੰਘ ਜੀ ਨੇ ਪਹਿਲੇ ਪੰਜ ਪਿਆਰਿਆਂ ਵਿੱਚੋਂ ਸਿਰ 'ਤੇ ਹੱਥ ਰੱਖ ਦਿੱਤਾ, ਆਪਣੀ ਜ਼ਿੰਦਗੀ ਦੇ ਵਿੱਚੋਂ ਕਿਣਕਾ ਰੱਖ ਦਿੱਤਾ, ਅਤੇ ਉਸ ਸਿੱਖ ਦੇ ਵਿੱਚ ਪਹਿਲਾ ਬੂਟਾ ਲੱਗ ਗਿਆ ਦਇਆ ਦਾ, ਦਇਆ ਆ ਰਹੀ ਹੈ। ਜਦੋਂ ਦਇਆ ਆਈ ਤਾਂ ਪਿੱਛੇ ਖੜ੍ਹੇ ਸਨ ਭਾਈ ਧਰਮ ਸਿੰਘ ਜੀ ਅਤੇ ਧੌਲ ਧਰਮ ਦਇਆ ਕਾ ਪੂਤ। ਫਿਰ ਤਰਸ ਕੀਤਾ ਭਾਈ ਧਰਮ ਸਿੰਘ ਜੀ ਨੇ, ਧਰਮ ਆ ਗਿਆ। ਧਰਮ ਦੇ ਅਰਥ ਨੇ ਰੱਬ ਦੀ ਯਾਦ ਲਗਾਤਾਰੀ ਹੋ ਜਾਣੀ, ਉਹਨੂੰ ਧਰਮ ਕਹਿੰਦੇ। ਆਹ ਧਰਮ ਨਹੀਂ ਖਿਆਲ ਰੱਖਣਾ, ਪੰਥ। ਇਹ ਪੰਥ ਵਿੱਚ ਕੰਮ ਕਰ ਰਹੇ ਤਾਂ ਕਿ ਧਰਮ ਲੱਭ ਜਾਏ। ਧਰਮ ਦਾ ਮਤਲਬ ਹੈ ਕਿ ਸੁਭਾਅ ਦੇ ਵਿੱਚ ਬਿਨਾਂ ਯਤਨ ਦੇ ਯਾਦ ਦਾ ਵਸ ਜਾਣਾ, ਉਹ ਬੰਦਾ ਧਰਮੀ ਹੋ ਗਿਆ। ਉਹਦੇ ਤੋਂ ਪਹਿਲਾਂ ਧਰਮੀ ਨਹੀਂ, ਐਵੇਂ ਸਾਨੂੰ ਲੇਬਲ ਲਾ ਦੇ ਕੋਈ ਵੱਖਰੀ ਗੱਲ ਹੈ, ਯਾਦ ਲਗਾਤਾਰ ਬਣੀ ਹੋਈ। ਇੱਧਰ ਕਹਿੰਦੇ ਨੇ ਦੂਜੇ ਪਿਆਰੇ ਭਾਈ ਧਰਮ ਸਿੰਘ ਨੇ ਧਰਮ ਦੀ ਦਾਤ ਦੇ ਦਿੱਤੀ, ਅਤੇ ਜਦੋਂ ਇਹ ਦੋਵੇਂ ਚੀਜ਼ਾਂ ਆ ਜਾਣਗੀਆਂ ਨਾ, ਦਇਆ ਅਤੇ ਧਰਮ, ਅਤੇ ਫਿਰ ਤੀਜੀ ਚੀਜ਼ ਸਾਡੇ ਜੀਵਨ ਵਿੱਚੋਂ ਜਨਮ ਲੈ ਗਈ, ਉਹਨੂੰ ਕਹਿੰਦੇ ਨੇ ਹਿੰਮਤ, ਸ਼ਕਤੀ ਜਨਮ ਲੈ ਗਈ ਜਦੋਂ ਦੋਵੇਂ ਚੀਜ਼ਾਂ ਆ ਗਈ। ਤੀਜੇ ਪਿਆਰੇ ਨੇ ਭਾਈ ਹਿੰਮਤ ਸਿੰਘ ਜੀ, ਹੁਣ ਹਿੰਮਤ ਆ ਗਈ, ਹੁਣ ਫੈਸਲੇ ਲੈਣ ਦੀ ਸ਼ਕਤੀ ਆ ਗਈ ਅੰਦਰ। ਤੀਜੇ ਪਿਆਰੇ ਭਾਈ ਦਇਆ ਸਿੰਘ, ਇਹ ਭਾਈ ਹਿੰਮਤ ਸਿੰਘ ਜੀ। ਹੁਣ ਸਿੱਖ ਵਿੱਚ ਹਿੰਮਤ ਰਹਿੰਦੀ ਹੈ, ਸਿੱਖੀ ਕਮਾਉਣ ਦੀ ਤਾਕਤ ਗੁਰੂ ਨੇ ਬਖਸ਼ ਦਿੱਤੀ। ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਨੇ ਸਿਰ 'ਤੇ ਰੱਖਿਆ ਹੱਥ, ਅਤੇ ਆਪਣੇ ਜੀਵਨ ਦੇ ਵਿੱਚੋਂ ਹਿੰਮਤ ਦੀ ਦਾਤ ਅੰਮ੍ਰਿਤਧਾਰੀ ਸਿੰਘ ਨੂੰ ਦੇ ਦਿੱਤੀ, ਤਿੰਨ ਗੁਣ ਆ ਗਏ। ਅਤੇ ਜਦੋਂ ਹਿੰਮਤ ਆਈ ਫਿਰ ਚੌਥੇ ਭਾਈ ਮੋਹਕਮ ਸਿੰਘ ਜੀ, ਉਹਨਾਂ ਨੇ ਕਿਰਪਾ ਕਰ ਦਿੱਤੀ, ਆਪਣੇ ਕੋਲੋਂ ਮੋਹਕਮ ਦੀ ਦਾਤ ਦੇ ਦਿੱਤੀ। ਮੋਹਕਮ ਦਾ ਅਰਥ ਹੈ ਇਰਾਦਾ, ਮੋਹਕਮ ਦਾ ਅਰਥ ਹੈ ਹੱਠ ਵਾਲਾ ਇਰਾਦਾ, ਮੋਹਕਮ ਦਾ ਅਰਥ ਹੈ ਜਿੱਥੇ ਤੁਰ ਪੈਣਾ ਪਰਤ ਕੇ ਪਿੱਛੇ ਨਹੀਂ ਵੇਖਣਾ, ਹਿਸਾਬ ਨਹੀਂ ਕਰਨਾ, ਇਹਨੂੰ ਕਹਿੰਦੇ ਮੋਹਕਮ। ਇਹਦੇ ਅਰਥ ਜੇ ਤੁਸੀਂ ਸਮਝਣੇ ਹੋਣ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਬਦ ਪੜ੍ਹ ਲੈਣਾ, ਜਿਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀ ਰੇ। ਉਹਦੇ ਵਿੱਚ ਕਹਿੰਦੇ ਨੇ ਮੋਹਕਮ ਫੌਜ ਹਠਲੀ ਰੇ। ਮੋਹਕਮ ਦੇ ਅਰਥ ਨੇ ਲੋਹੇ ਦੀ ਲੱਠ ਵਰਗਾ ਇਰਾਦਾ, ਜਿਹਨੂੰ ਕਦੀ ਕੋਈ ਤਬਦੀਲ ਨਹੀਂ ਕਰ ਸਕਦਾ, ਬਦਲ ਨਹੀਂ ਸਕਦਾ, ਉਹ ਸਦਾ ਇੱਕੋ ਜਿਹਾ। ਇਹ ਮੋਹਕਮ ਦਿੱਤਾ ਸਿੱਖ ਨੂੰ, ਚਾਰ ਚੀਜ਼ਾਂ ਚਾਰ ਪਿਆਰਿਆਂ ਨੇ ਦੇ ਦਿੱਤੀਆਂ। ਇਹ ਬੜੇ ਸੰਯੋਗ ਨੇ, ਬੜੀ ਵੱਡੀ ਫਿਲਾਸਫੀ ਇਹਨਾਂ ਚੀਜ਼ਾਂ ਦੇ ਵਿੱਚ। ਜਦੋਂ ਚਾਰ ਪਿਆਰਿਆਂ ਨੇ ਆਪਣੀ ਆਪਣੀ ਬਰਕਤ ਦੀਆਂ ਚਾਰ ਦਾਤਾਂ ਸਿੱਖ ਨੂੰ ਦੇ ਦਿੱਤੀਆਂ, ਦਇਆ, ਧਰਮ, ਹਿੰਮਤ ਅਤੇ ਮੋਹਕਮ ਇਰਾਦਾ ਦੇ ਦਿੱਤਾ, ਜਿੱਥੇ ਚਾਰ ਚੀਜ਼ਾਂ ਆ ਜਾਣਗੀਆਂ ਸਾਹਿਬ ਨੇ ਉੱਥੇ ਆਪਣੇ ਆਪ ਹੀ ਆ ਜਾਣਾ। ਸਾਹਿਬ ਦਾ ਮਤਲਬ ਅਕਾਲ ਪੁਰਖ ਵਾਹਿਗੁਰੂ, ਉੱਥੇ ਆ ਗਿਆ ਉਹ, ਇਹ ਚਾਰ ਆਉਣ ਦੀ ਦੇਰ ਸੀ। ਇਹ ਚਾਰ ਪਾਵੇ ਨੇ ਉਸ ਸਾਹਿਬ ਦੇ ਮੰਜੇ ਦੇ, ਮੰਜਾ 'ਤੇ ਹੈ ਕੋਈ ਨਹੀਂ, ਉਹਨੂੰ ਆਵਾਜ਼ਾਂ ਮਾਰੀ ਜਾਂਦੇ ਹਾਂ ਕਦੋਂ ਆਵੇਗਾ। ਘਰ ਵਿੱਚ ਮਾਂਝਾ ਮਾਰਿਆ ਨਹੀਂ, ਚਿੱਠੀਆਂ ਉਹਨੂੰ ਪਾਈ ਜਾਂਦੇ ਹਾਂ ਵੀ ਤੂੰ ਕਦੋਂ ਆਉਣਾ, ਉਹਨੂੰ ਪਤਾ ਵੀ ਅੱਗੇ ਲੈ ਕੇ ਜਿਹੜਾ ਬੁਲਾ ਰਹੇ ਨੇ ਬਿਠਾਉਣਾ ਕਿੱਥੇ, ਉੱਥੇ ਤਾਂ ਦੁਰਗੰਧੀ ਆ ਰਹੀ ਹੰਕਾਰ ਦੀ, ਉੱਥੇ ਤਾਂ ਵਿਖਾਵੇ ਹੰਕਾਰ, ਇਹ ਗੱਲਾਂ ਚੱਲ ਰਹੀਆਂ, ਅਤੇ ਉਹਨੇ ਆਉਣਾ ਕਿੱਥੋਂ। ਇਸ ਕਰਕੇ ਜਦੋਂ ਚਾਰ ਗੁਣ ਆ ਗਏ, ਦਇਆ, ਧਰਮ, ਹਿੰਮਤ ਅਤੇ ਮੋਹਕਮ, ਚਾਰ ਪਿਆਰਿਆਂ ਨੇ ਸਿੱਖ ਦੇ ਉੱਤੇ ਬਖਸ਼ਾਂ ਕਰ ਦਿੱਤੀਆਂ, ਅਤੇ ਫਿਰ ਪੰਜਵੇਂ ਪਿਆਰੇ ਨੇ ਆਖਿਆ ਵੀ ਲੈ ਹੁਣ ਸਾਹਿਬ ਤੇਰੇ ਕੋਲ ਰਹੇਗਾ, ਸਾਹਿਬ ਤੇਰੇ ਕੋਲ, ਤੇਰੇ ਨਾਲ, ਸਦਾ ਤੇਰੇ ਨਾਲ ਰਹੇਗਾ। ਅਤੇ ਜਦੋਂ ਇਸ ਤਰ੍ਹਾਂ ਦਾ ਸਿੱਖ ਬਣ ਗਿਆ,
ਸਤਿਗੁਰੂ ਨੇ ਪਿਆਰ ਨਾਲ ਫਿਰ ਉਹਨੂੰ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸੇ ਮੈਂ ਹੋ ਨਿਵਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸਾ ਮੇਰੋ ਰੂਪ ਹੈ ਖਾਸ, ਸਤਿਗੁਰੂ ਨੇ ਕਿਹਾ ਮੈਨੂੰ ਹੁਣ ਕੀ ਲੋੜ ਹੈ ਬਾਹਰਲੇ ਕਮਰਿਆਂ ਦੀ, ਜੇ ਆਨੰਦਪੁਰ ਛੁੱਟ ਗਿਆ ਤਾਂ ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਖਾਲਸੇ ਮੈਂ ਹੋ ਕਰੋ ਨਿਵਾਸ, ਜਿਸ ਮਕਾਨ ਵਿੱਚ ਮੇਰਾ ਖਾਲਸਾ ਰਹਿੰਦਾ ਉਹ ਮੇਰਾ ਹੀ ਮਕਾਨ ਹੈ, ਮੈਂ ਉੱਥੇ ਰਹਿੰਦਾ, ਸਤਿਗੁਰੂ ਤੇ ਨਾਲ ਰਹਿੰਦੇ ਨੇ। ਸਤਿਗੁਰੂ ਨੇ ਆਪਣੇ ਪਹਿਰੇਦਾਰਾਂ ਨੂੰ ਵੀ ਕਿਹਾ ਸੀ, ਚਲੋ ਤੁਸੀਂ ਪਹਿਰਾ ਦਿੰਦੇ ਹੋ ਕੁਝ ਘੰਟੇ, ਪਰ ਮੈਂ ਤੁਹਾਡਾ ਲਗਾਤਾਰ ਪਹਿਰਾ ਦਿੰਦਾ, ਤੁਸੀਂ ਕੁਝ ਘੰਟੇ ਮੇਰੇ ਨਾਲ ਰਹਿੰਦੇ ਹੋ ਪਰ ਮੈਂ ਇੱਕ ਪਲ ਵੀ ਤੁਹਾਡੇ ਤੋਂ ਦੂਰ ਨਹੀਂ, ਲਗਾਤਾਰ ਨਾਲ ਉਸ ਖਾਲਸੇ ਨੂੰ ਸਾਜਿਆ, ਕਹਿੰਦੇ ਨੇ ਆਪਣੇ ਵਿੱਚੋਂ ਜਨਮ ਦਿੱਤਾ। ਆ ਜਿਹੜੇ ਕੁਝ ਲੋਕ ਕਹਿੰਦੇ ਵੀ ਸਤਿਗੁਰੂ ਨੇ ਨੈਣਾ ਦੇਵੀ ਦੇ ਉੱਤੇ ਦੇਵੀ ਪ੍ਰਗਟ ਕੀਤੀ ਸੀ, ਬੜਿਆਂ ਨੂੰ ਭੁਲੇਖਾ ਪੈ ਗਿਆ। ਉੱਥੇ ਭਾਈ ਵੀਰ ਸਿੰਘ ਕਹਿੰਦੇ ਵੀ ਸਤਿਗੁਰੂ 9 ਮਹੀਨੇ, 9.5 ਮਹੀਨੇ ਇਕੱਲੇ ਰਹੇ ਸਨ 1699 ਦੀ ਵਿਸਾਖੀ ਤੋਂ ਪਹਿਲਾਂ, ਜਦੋਂ ਖਾਲਸਾ ਸਾਜਿਆ ਨਾ ਉਦੋਂ 9-10 ਮਹੀਨੇ ਕੁਝ ਸਿੰਘ ਇੱਕ ਦੋ ਕੋਲ ਆਉਂਦੇ ਸਨ, ਜਲ ਪਾਣੀ ਛਕਦੇ, ਇਹਨੇ ਵੀ ਛੱਡਿਆ ਸੀ ਪਰ ਮਿਲਣਾ ਬੰਦ ਕਰ ਦਿੱਤਾ ਸੀ, ਇੱਕ ਪਹਾੜੀ 'ਤੇ ਰਹੇ ਸਨ, ਉੱਥੇ ਕੋਈ ਹੋਰ ਦੇਵੀ ਪ੍ਰਗਟ, ਉਹ ਤਾਂ ਉਹਦਾ ਪਖੰਡ, ਉਹ ਗੱਲ ਲੰਮੀ, ਜੇ ਮੈਂ ਸ਼ੁਰੂ ਕਰ ਦਿੱਤੀ ਤਾਂ ਸਾਰਾ ਵਿਸ਼ਾ ਬਦਲ ਜਾਏਗਾ। ਉਹ ਇੱਕ ਪੰਡਿਤ ਦਾ ਭਰਮ ਤੋੜਨਾ ਸੀ ਅਤੇ ਸਿੱਖਾਂ ਦੇ ਵੀ ਵਿੱਚ ਵਿੱਚ ਹੈ ਸੀ ਭਰਮ ਵੀ ਪਤਾ ਨਹੀਂ ਕੋਈ ਦੇਵੀ ਕਰੇਗੀ ਕੁਝ ਕਰੇਗੀ। ਸਤਿਗੁਰੂ ਨੇ ਕਿਹਾ ਇਹਨੂੰ ਵੀ ਆਪਣਾ ਤੁਸੀਂ ਕੰਡਾ ਕੱਢ ਹੀ ਲੈਣ ਦਿਓ, ਜਿਹੜਾ ਭੁਲੇਖਾ ਪਿਆ ਵੀ ਦੇਵੀ ਨੇ ਪਤਾ ਨਹੀਂ ਕੀ ਕਰ ਦੇਣਾ, ਇਹਨੂੰ ਵੀ ਜਿਹੜਾ 1-1.25 ਲੱਖ ਦਾ ਘਿਓ ਸਾੜਨਾ ਸਾੜ ਹੀ ਲੈਣ ਦਿਓ। ਉਹਨੂੰ ਦੇ ਦਿੱਤਾ ਸਾਰਾ ਕੁਝ, ਉਹ 8-9 ਮਹੀਨੇ ਉਹਦੇ ਵਿੱਚ ਅੱਗ ਵਿੱਚ ਪਾਉਂਦਾ ਰਿਹਾ ਅਤੇ ਗੁਰੂ ਸਾਹਿਬ ਇੱਧਰ ਅਕਾਲ ਨਾਲ ਧਿਆਨ ਲਾ ਕੇ ਬੈਠੇ ਰਹੇ, ਅਕਾਲ ਪੁਰਖ ਨਾਲ ਧਿਆਨ ਲਾ ਕੇ ਬੈਠੇ ਰਹੇ ਅਤੇ ਇੱਕ ਕੰਮ ਕਰਦੇ ਰਹੇ। ਉਹ 9 ਮਹੀਨੇ ਹਵਨ ਕਰਦਾ ਰਿਹਾ, ਉਹ ਆਪਣੇ ਘਿਓ ਸਾੜਦਾ ਰਿਹਾ, ਗੁਰੂ ਸਾਹਿਬ ਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਹ ਭਰਮ ਤੋੜਨਾ ਸੀ, ਸਿਰਫ ਲੋਕਾਂ ਦੇ ਮਨਾਂ ਵਿੱਚੋਂ ਕੱਢਣਾ ਸੀ ਵੀ ਇੱਥੇ ਕਿਸੇ ਤੁਹਾਡੀ ਇਮਦਾਦ ਨਹੀਂ ਕਰਨੀ ਆ ਗਈ। ਉਹ 9 ਮਹੀਨਿਆਂ ਵਿੱਚ ਜਦੋਂ ਨਾ ਕੋਈ ਦੇਵੀ ਉੱਥੇ ਪ੍ਰਗਟ ਹੋਈ ਅਤੇ ਗੁਰੂ ਸਾਹਿਬ ਗਏ, ਕਹਿੰਦੇ ਪੰਡਿਤ ਜੀ ਕੀ ਗੱਲ, ਦੇਵੀ ਕਿੱਥੇ ਚਲੀ ਗਈ, ਆਈ ਨਹੀਂ, ਪ੍ਰਗਟ ਨਹੀਂ ਹੋਈ। ਅਤੇ ਪੰਡਿਤ ਜੀ ਬੜੇ ਸਿਆਣੇ ਸਨ, ਹੁੰਦੇ ਵੀ ਸਿਆਣੇ ਨੇ, ਸ਼ੁਰੂ ਤੋਂ ਲੈ ਕੇ ਸਿਆਣਪ ਦੇ ਸਿਰ 'ਤੇ ਮਰਵਾ ਕਿਸੇ ਨੂੰ ਦਿੱਤਾ ਅਤੇ ਸਾਂਭ ਆਪ ਲਿਆ ਸਾਰਾ ਕੁਝ। ਕਹਿਣ ਲੱਗੇ ਜੀ ਦੇਵੀ ਪ੍ਰਗਟ ਹੋ ਤਾਂ ਜਾਣੀ ਸੀ ਪਰ ਇੱਕ ਕਮੀ ਰਹਿ ਗਈ। ਕਹਿੰਦੇ ਦੱਸੋ, ਕਹਿੰਦੇ ਉਹ ਬਲੀ ਮੰਗਦੀ ਹੈ। ਕਹਿੰਦੇ ਦੱਸੋ ਕਿਹਦੀ ਬਲੀ ਮੰਗਣੀ। ਕਹਿੰਦੇ ਵੀ ਕੋਈ ਬ੍ਰਹਮ ਗਿਆਨੀ, ਯਾਨੀ ਕਿ ਬ੍ਰਹਮਚਾਰੀ ਹੋਵੇ, ਗ੍ਰਿਸਤੀ ਨਾ ਹੋਵੇ। ਸਤਿਗੁਰੂ ਨੇ ਕਿਹਾ ਵੀ ਉਹ ਕੌਣ ਹੋ ਸਕਦਾ, ਗੁਰੂ ਸਾਹਿਬ 'ਤੇ ਵਿਆਹ ਹੋਏ ਸੀ। ਪੰਡਿਤ ਨੂੰ ਬੜਾ ਸਿਆਣਾ ਸੀ, ਉਹਨੇ ਕਿਹਾ ਵੀ ਇੱਕੋ ਹੀ ਗੱਲ ਹੈ, ਉਹਨੇ ਕਹਿ ਦਿੱਤਾ ਜੇ ਬਾਬਾ ਅਜੀਤ ਸਿੰਘ ਦੀ ਬਲੀ ਦੇ ਦੀ, ਵੱਡੇ ਪੁੱਤਰ ਸਨ ਉਹਨਾਂ ਨੂੰ ਪਤਾ ਸੀ ਉਹਨਾਂ ਦੀ ਥੋੜ੍ਹੀ ਦੇਣ ਲੱਗੇ ਨੇ, ਇਹ ਦੇਣਗੇ ਨਹੀਂ ਮੇਰਾ ਬਹਾਨਾ ਬਣ ਜਾਏਗਾ ਵੀ ਸ਼ਰਤ ਪੂਰੀ ਨਹੀਂ ਹੋਈ।
ਤਾਂ ਨਹੀਂ ਦੇਵੀ ਪ੍ਰਗਟ ਹੋਈ। ਪਰ ਉਸ ਗੁਰੂ ਨੂੰ ਕੌਣ ਪੜ੍ਹਾਏ? ਸਤਿਗੁਰੂ ਕਹਿੰਦੇ ਪੰਡਿਤ ਜੀ, ਬਾਬਾ ਅਜੀਤ ਸਿੰਘ ਤਾਂ ਘਰ ਰਿਹਾ, ਵਿਚਰਦਾ ਰਿਹਾ, ਖਾਂਦਾ ਪੀਂਦਾ ਰਿਹਾ ਪਰਿਵਾਰਾਂ ਘਰਾਂ ਦੇ ਵਿੱਚ, ਚਲੋ ਉਹ ਵੀ ਕੋਈ ਗੱਲ ਨਹੀਂ, ਅਤੇ ਤੁਸੀਂ ਤਾਂ 9-10 ਮਹੀਨਿਆਂ ਤੋਂ ਇੱਥੇ ਹੀ ਰਹੇ ਉਹਨਾਂ ਪਹਾੜ 'ਤੇ, ਕਿਤੇ ਨਹੀਂ ਗਏ, ਖਾਣਾ ਪੀਣਾ ਤੁਹਾਡਾ ਸ਼ੁੱਧ, ਇਸ਼ਨਾਨ ਤੁਸੀਂ ਕਰਦੇ ਰਹੇ ਹੋ, ਖੁਰਾਕ ਤੁਹਾਡੀ ਬੜੀ ਸ਼ੁੱਧ, ਧੋ ਧੋ ਕੇ ਤੁਹਾਨੂੰ ਖਵਾਇਆ ਸਾਰਾ ਕੁਝ, 1 ਸਾਲ ਤੋਂ ਘਰ ਤੁਸੀਂ ਵੀ ਨਹੀਂ ਗਏ, ਅਤੇ ਮੰਤਰ ਤੁਸੀਂ ਸਾਰੇ ਪੜ੍ਹ ਦਿੱਤੇ ਨੇ, ਤੁਹਾਡੇ ਨਾਲੋਂ ਸ਼ੁੱਧ ਕੌਣ ਹੋ ਸਕਦਾ ਜੇ ਤੁਹਾਡੀ ਬਲੀ ਦੇ ਦਈਏ ਤਾਂ। ਪੰਡਿਤ ਨੇ ਵੇਖਿਆ ਵੀ ਪਾਸਾ ਤਾਂ ਪਲਟ ਗਿਆ, ਨਾਲੇ ਗੁਰੂ ਸਾਹਿਬ ਦੇ ਸੁਭਾਅ ਤੋਂ ਵੀ ਜਾਣਦਾ ਸੀ ਵੀ ਉੱਥੇ ਕੋਈ ਫਰਕ ਨਹੀਂ ਪੈਣਾ, ਜਿਵੇਂ ਕੱਦੂ ਇੱਕ ਵੱਢੀ ਦਾ ਇੰਨਾ ਕੋਈ ਫਰਕ ਪੈਣਾ, ਕੋਈ ਫਰਕ ਨਹੀਂ। ਕਹਿੰਦਾ ਅੱਛਾ ਮਹਾਰਾਜ, ਕਿਉਂਕਿ ਇਹ ਸਭ ਤੋਂ ਚਲਾਕ, ਇਸ ਜ਼ਮੀਨ ਦੀ ਸਭ ਤੋਂ ਚਲਾਕ ਜਮਾਤ। ਕਹਿਣ ਲੱਗਾ ਮਹਾਰਾਜ ਚਲੋ ਠੀਕ ਹੈ, ਨਾਂ ਨਹੀਂ ਕੀਤੀ, ਕਿਉਂਕਿ ਉਹਨੂੰ ਪਤਾ ਸੀ ਨਾਂ ਦਾ ਇੰਜਾਮ ਬਹੁਤ ਬੁਰਾ ਹੋਵੇਗਾ। ਨਾ ਕੀਤੀ, ਇਹ ਧੋਖਾ ਇਹ ਪੰਡਿਤ ਸਾਨੂੰ ਦੇ ਗਏ ਨਾ, ਗੁਰੂ ਗੋਬਿੰਦ ਸਿੰਘ ਨੂੰ ਨਹੀਂ ਸੀ ਦਿੱਤਾ ਉਹਨਾਂ ਨੇ, ਕਿਉਂ ਸਾਨੂੰ ਦੇ ਗਏ? ਹੁਣ ਸਾਡੇ ਬੰਦੇ ਇੱਥੇ ਮੱਥਾ ਵੀ ਟੇਕੀ ਜਾਂਦੇ, ਅਤੇ ਮੱਥਾ ਕੀ ਟੇਕਣਾ ਉੱਥੇ ਜੋਤਸ਼ੀ ਨੂੰ ਜਾ ਕੇ ਪੁੱਛਣਾ, ਕਿਹੜੇ ਰੰਗ ਦੀ ਦਾਲ ਇੱਥੇ ਚੜ੍ਹਾਉਣੀ ਹੈ, ਮੁੰਦਰੀ ਦੇ ਨੱਗ ਕਿਹੜੇ ਪਾਉਣੇ ਨੇ, ਇਹ ਸਾਰਾ ਕੁਝ ਕੀ ਕਰਨਾ, ਉੱਥੇ ਜਾ ਕੇ ਪੁੱਛੋ ਜੀ। ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਕਰਨਾ ਹੈ ਅਤੇ ਕਿੱਦਣ ਕਰਨਾ ਹੈ ਇਹ ਉੱਥੋਂ ਪੁੱਛ ਕੇ ਆਓ। ਇੰਨੀ ਅਕਲ ਬਈ ਜਿਹਨੂੰ ਦਿਨ ਦਾ ਪਤਾ ਆਨੰਦ ਕਾਰਜ ਨਹੀਂ ਕਰਾ ਸਕਦਾ, ਫਿਰ ਗੁਰੂ ਕੋਲ ਕਿਉਂ ਆਏ? ਇਸ ਤਰ੍ਹਾਂ ਸਤਿਗੁਰੂ ਨੂੰ ਕਹਿੰਦਾ ਵੀ ਚਲੋ ਬਲੀ ਤਾਂ ਮੈਂ ਦੇ ਦਿਆਂਗਾ, ਪਰ ਬਲੀ ਦੇਣ ਲੱਗਿਆਂ ਬੰਦੇ ਨੂੰ ਇਸ਼ਨਾਨ ਪਾਣੀ ਚੰਗੀ ਤਰ੍ਹਾਂ ਨੁਹਾ ਧੁਆ ਕੇ ਸਾਫ਼ ਹੋਣਾ ਚਾਹੀਦਾ, ਕਿਤੇ ਫਿਰ ਨਾ ਕੋਈ ਕਸਰ ਰਹਿ ਜਾਵੇ। ਕਹਿੰਦੇ ਜਾਓ ਤੁਸੀਂ ਕਰੋ ਇਸ਼ਨਾਨ। ਅਤੇ ਪੰਡਿਤ ਜੀ ਪਹਾੜ ਦੇ ਪਰਲੇ ਪਾਸੇ ਗਏ, ਸਤਿਗੁਰੂ ਉੱਥੇ ਬੈਠੇ ਨੇ, ਸਿੱਖ ਬੈਠੇ ਨੇ, ਉਹ ਪੰਡਿਤ ਜੀ ਗਏ, ਉਦਣ ਦੇ ਗਏ ਨੇ, ਅੱਜ ਤੱਕ ਇਸ਼ਨਾਨ ਕਰਕੇ ਵਾਪਸ ਨਹੀਂ ਆਏ, ਪਤਾ ਨਹੀਂ ਉਹਨਾਂ ਨੂੰ ਪਾਣੀ ਨਹੀਂ ਲੱਭਾ ਜਾਣਾ। ਸਤਿਗੁਰੂ ਕਹਿੰਦੇ ਸਿੱਖੋ ਉਹਨੇ ਆਉਣਾ ਨਹੀਂ, ਆਓ ਚੱਲੀਏ, ਆਪਣਾ ਕੰਮ ਪੂਰਾ ਹੋ ਗਿਆ। ਤੁਹਾਡੇ ਮਨ ਵਿੱਚੋਂ ਭਰਮ ਨਿਕਲ ਗਿਆ ਵੀ ਇਹ ਕੁਝ ਨਹੀਂ, ਨਾ ਇਹਨੇ ਤੁਹਾਡੀ ਇਮਦਾਦ ਕਰਨੀ, ਜੇ ਇਹਨੇ ਕਰਨੀ ਹੁੰਦੀ ਤਾਂ ਔਰੰਗਜ਼ੇਬ ਤੋਂ ਬਚਾ ਲੈਂਦਾ ਇਹਨਾਂ ਨੂੰ, ਜੋ ਵੀ ਸੀ ਨਹੀਂ ਬਚਾ ਸਕਿਆ। ਉੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਣਾ ਪਿਆ। ਉਹ ਜਿਹੜੇ 9 ਮਹੀਨੇ ਸਨ, ਗੁਰੂ ਸਾਹਿਬ ਨੇ ਇੱਕ ਕੰਮ ਕੀਤਾ, ਉਹਨਾਂ ਚਿਰ ਗੁਰੂ ਸਾਹਿਬ ਅੰਤਰ ਧਿਆਨ ਹੋ ਕੇ ਸਿਮਰਨ ਵਿੱਚ ਜਾ ਕੇ, ਇਕਾਂਤ ਵਿੱਚ ਜਾ ਕੇ ਇੱਕ ਕੰਮ ਕਰਦੇ ਰਹੇ। ਉਹ ਕੰਮ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੱਕ 235-40 ਸਾਲ 10 ਸਰੀਰ ਜਿੱਥੇ ਜਿੱਥੇ ਵਿਚਰੇ, ਜਿੰਨੀਆਂ ਜਿੰਨੀਆਂ ਕਮਾਈਆਂ ਕੀਤੀਆਂ ਅਤੇ ਬਰਕਤਾਂ ਸਿੱਖਾਂ ਨੂੰ ਦਿੱਤੀਆਂ 10 ਪਾਤਸ਼ਾਹੀਆਂ ਨੇ, ਉਸ ਸਾਰੇ ਸਮੇਂ ਦੇ ਵਿੱਚੋਂ ਉਹ ਤੱਤ ਇਕੱਠਾ ਕਰਦੇ ਰਹੇ। ਗੁਰੂ ਨਾਨਕ ਦੇਵ ਜੀ ਦੀਆਂ ਬਖਸ਼ਾਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਇਕੱਠੀਆਂ ਕਰ ਲਈਆਂ ਇਹਨਾਂ 9 ਮਹੀਨਿਆਂ ਵਿੱਚ। ਗੁਰੂ ਅੰਗਦ ਦੇਵ ਜੀ ਦੀਆਂ ਬਖਸ਼ਾਂ ਵੀ ਇਕੱਠੀਆਂ ਕਰ ਲਈਆਂ, ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਬਖਸ਼ਾਂ ਵੀ ਇਕੱਠੀਆਂ ਕਰ ਲਈਆਂ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀਆਂ ਜਿੰਨੀਆਂ ਬਰਕਤਾਂ ਅਤੇ ਬਖਸ਼ਾਂ ਸਨ ਕਲਗੀਧਰ ਪਾਤਸ਼ਾਹ ਨੇ ਉਸ ਥਾਂ 'ਤੇ ਇਕੱਠੀਆਂ ਕਰ ਲਈਆਂ, ਅਤੇ ਇਕੱਠੀਆਂ ਕਰਕੇ ਕੇਸਗੜ੍ਹ ਸਾਹਿਬ ਦੇ ਥਾਂ 'ਤੇ ਆ ਕੇ ਸਿੱਖਾਂ ਨੂੰ ਕਹਿੰਦੇ ਲਿਆਓ ਬਾਟਾ, ਅਤੇ ਇੱਕ ਨਜ਼ਰ ਭਰ ਕੇ ਬਾਟੇ ਵਿੱਚ ਪਾਈ ਅਤੇ ਸਾਰੀਆਂ ਬਖਸ਼ਾਂ ਅੰਮ੍ਰਿਤ ਵਿੱਚ ਪਾ ਦਿੱਤੀਆਂ। ਉਹਨੂੰ ਕਿਹਾ ਇਹ ਅੰਮ੍ਰਿਤ ਹੈ। ਅੰਮ੍ਰਿਤ ਕੀ ਹੈ? ਅੰਮ੍ਰਿਤ ਦਾ ਮਤਲਬ ਹੈ ਟੋਟਲੀ A to Z ਬਖਸ਼ਿਸ਼ 10 ਪਾਤਸ਼ਾਹਾਂ ਦੀ ਜਿਹਦੇ ਵਿੱਚ ਮੌਜੂਦ ਹੈ, ਉਹਦੇ ਵਿੱਚੋਂ ਕੁਝ ਵੀ ਲੈਸ ਨਹੀਂ ਕੀਤਾ। ਅੰਮ੍ਰਿਤ ਦੇ ਇਹ ਅਰਥ ਨੇ। ਅਤੇ ਹੁਣ ਸਿੱਖ ਅਜੇ ਵੀ ਸੋਚੀ ਜਾਂਦਾ ਵੀ ਅੰਮ੍ਰਿਤ ਦੀ ਲੋੜ ਹੈ ਕਿ ਨਹੀਂ, ਬਖਸ਼ਾਂ ਕਹਿੰਦੇ ਨੇ ਕਰ ਦਿਓ ਸਾਰੀਆਂ, ਅਤੇ ਗੁਰੂ ਸਾਹਿਬ ਕਹਿੰਦੇ ਮੈਂ ਪਾ ਕੇ ਦੇ ਗਿਆ, ਲੈਂਦਾ ਕਿਉਂ ਨਹੀਂ? ਫਿਰ ਮੈਂ ਤੈਨੂੰ ਇਹਦੇ ਵਿੱਚ ਅੰਮ੍ਰਿਤ ਦੇ ਬਾਟੇ ਦੇ ਵਿੱਚ ਬਾਣੀ ਪੜ੍ਹ ਕੇ ਸਾਰੀਆਂ ਬਖਸ਼ਾਂ ਪਾ ਕੇ ਦੇ ਦਿੱਤੀਆਂ ਨੇ,
ਤੇ ਬਖਸ਼ਾ ਮੇਰੇ ਤੋਂ ਮੰਗੀ ਜਾਂਦਾ, ਮੈਂ ਤੈਨੂੰ ਕਿਹਾ ਉੱਥੋਂ ਲੈ ਜਾ ਕੇ ਲੈਂਦਾ ਕਿਉਂ ਨਹੀਂ, ਲੈ ਉੱਥੋਂ ਬਖਸ਼ਿਸ਼। ਇਸ ਲਈ ਗੁਰੂ ਸਾਹਿਬ ਦੇ ਸੰਬੰਧ ਵਿੱਚ ਇਹ ਬਚਨ ਕਹਿੰਦੇ, ਪੀਵੋ ਪਾਹੋ ਲਖੰਡੇ ਧਾਰ, 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 ਹੋਏ ਜਨਮ ਸੁਹੇਲਾ, 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 ਹੋਏ ਖੰਡੇ ਧਾਰ, ਪੀਵੋ ਪਹੁਲ ਖੰਡੇ ਧਾਰ, ਖੰਡੇ ਧਾਰ, ਪੀਵੋ ਪਹੁਲ ਖੰਡੇ ਧਾਰ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, 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 ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਸਾਰਾ ਤੱਤ ਕੱਢ ਕੇ ਅੰਮ੍ਰਿਤ ਵਿੱਚ ਪਾ ਦਿੱਤਾ ਔਰ ਇਸ ਗੱਲ ਤੋਂ ਸਿੱਧ ਹੁੰਦਾ ਹੈ ਸਤਿਗੁਰੂ ਨੇ ਆਪ ਵੀ ਅੰਮ੍ਰਿਤ ਮੰਗਿਆ। ਪੰਜ ਪਿਆਰਿਆਂ ਨੂੰ ਕਹਿੰਦੇ ਮੈਨੂੰ ਅੰਮ੍ਰਿਤ ਦਿਓ, ਤੇ ਜਦੋਂ ਉਹਨਾਂ ਪੁੱਛਿਆ ਮਹਾਰਾਜ ਦਿਓਗੇ ਕੀ, ਅਸੀਂ ਤਾਂ ਸਿਰ ਦਿੱਤੇ ਨੇ ਤਾਂ ਤੁਸੀਂ ਅੰਮ੍ਰਿਤ ਦਿੱਤਾ ਸਾਨੂੰ। ਇੱਥੋਂ ਸਿੱਧ ਹੁੰਦਾ ਅੰਮ੍ਰਿਤ ਕਿੰਨੀ ਕੀਮਤੀ ਵਸਤੂ ਹੈ। ਸਤਿਗੁਰੂ ਨੇ ਕਹਿ ਦਿੱਤਾ ਅੰਮ੍ਰਿਤ ਬਾਰੇ ਮੈਂ ਤੁਹਾਨੂੰ ਕੀ ਦਿਆਂ, ਕੀ ਭੇਟ ਕਰਾਂ, ਜੇ ਮੈਂ ਕੁਝ ਕਹਿ ਦਿੱਤਾ ਤਾਂ ਛੋਟਾ ਰਹਿ ਜਾਣਾ ਅੰਮ੍ਰਿਤ ਦੇ ਅੱਗੇ, ਜੇ ਮੈਂ ਕੋਈ ਗੱਲ ਕਰ ਦਿੱਤੀ ਤੇ ਸਤਿਗੁਰੂ ਨੇ ਕਹਿ ਦਿੱਤਾ ਮੈਂ ਸਭ ਕੁਝ ਦੇ ਦੇ। ਸਭ ਕੁਝ ਦਾ ਮਤਲਬ ਮੁੱਲ ਨਹੀਂ ਰੱਖਿਆ ਵੀ ਇੰਨਾ ਕੁਝ ਦਿਆਂਗਾ। ਆ ਉਹਨਾਂ ਦੀ ਬਾਣੀ ਪੜ੍ਹ ਕੇ ਵੇਖੋ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਲਓ, ਸਭ ਹੀ ਇਨਹੀ ਕੋ, ਮੇਰਾ ਸਾਰਾ ਕੁਝ ਖਾਲਸਾ ਜੀ ਤੁਹਾਨੂੰ ਦਿੱਤਾ ਮੈਂ ਸਾਰਾ ਕੁਝ, ਇੰਨੀ ਵਡਿਆਈ। ਅੱਜ ਤੱਕ ਸ਼ਾਇਦ ਕੋਈ ਗੁਰੂ ਇਸ ਕੰਮ ਵਿੱਚ ਸਫਲ ਹੋਇਆ ਹੋਵੇ 10 ਪਾਤਸ਼ਾਹੀਆਂ ਤੋਂ ਪਹਿਲਾਂ, ਕਿ ਉਹ ਆਪਣੇ ਚੇਲੇ ਨੂੰ ਆਪਣੇ ਬਰਾਬਰ ਲੈ ਆਇਆ ਹੋਵੇ, ਇੱਕੋ ਤਖ਼ਤ 'ਤੇ ਇਕੱਠਾ ਕਰ ਦਿੱਤਾ ਹੋਵੇ ਉਚਿਆਈ 'ਤੇ, ਇੰਨੀ ਉਚਿਆਈ 'ਤੇ, ਅਤੇ ਗੁਰੂ ਚੇਲਾ ਹੋ ਜਾਏ ਅਤੇ ਚੇਲਾ ਗੁਰੂ ਹੋ ਜਾਏ। ਪਾਵਰ ਤਾਂ ਬੜੀ ਦੇ ਦਿੱਤੀ ਹੈ, ਬਖਸ਼ਿਸ਼ ਬੜੀ ਦਿੱਤੀ ਹੈ, ਹੁਣ ਯੋਗਤਾ ਅਸੀਂ ਅਰਦਾਸ ਕਰਕੇ ਲੈਣੀ ਹੈ, ਕਿਉਂਕਿ ਉਹ ਪਾਵਰ ਬੜੀ ਵੱਡੀ ਅੰਮ੍ਰਿਤ ਦੀ ਦਾਤ। ਦਾਤਾਂ ਬਹੁਤ ਮਿਲ ਗਈਆਂ ਨੇ ਪਰ ਉਹਨੂੰ ਸੰਭਾਲਣ ਲਈ ਅਰਦਾਸ ਕਰਨੀ ਬੜੀ ਜ਼ਰੂਰੀ ਹੈ। ਉਹਦੇ ਵਾਸਤੇ ਭਾਂਡਾ ਨਿਮਰਤਾ ਦਾ ਚਾਹੀਦਾ, ਨਿਮਰਤਾ ਦੇ ਭਾਂਡੇ ਵਿੱਚ ਅੰਮ੍ਰਿਤ ਟਿਕਦਾ, ਨਹੀਂ ਤਾਂ ਨਹੀਂ। ਮਾਣ ਜ਼ਰੂਰ ਦਿੱਤਾ ਅੰਮ੍ਰਿਤਧਾਰੀ ਸਿੰਘ ਨੂੰ ਬਹੁਤ ਉੱਚਾ, ਹੁਣੇ ਤੂੰ ਵੱਡਾ ਮਾਣ ਕਿਹੜਾ ਵੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਵੀ ਤੂੰ ਮੇਰਾ ਸਾਹਿਬ ਹੈ, ਇਦੋਂ ਵੱਡਾ ਕਿਹੜਾ ਵੀ ਤੂੰ ਮੇਰਾ ਹੀ ਰੂਪ ਹੈ ਅਤੇ ਮੈਂ ਤੇਰੇ ਕੋਲ ਆ ਕੇ ਰਹਿੰਦਾ। ਵਡਿਆਈ ਬਹੁਤ ਜ਼ਿਆਦਾ ਹੈ ਪਰ ਇੱਕ ਗੱਲ ਚੇਤੇ ਰੱਖਣਾ, ਜਿਸ ਪੈਮਾਨੇ 'ਤੇ ਪਾਵਰ ਪੈਦਾ ਹੋਵੇ ਉਸ ਪੈਮਾਨੇ ਦੀ ਸਹਿਣ ਸ਼ਕਤੀ ਵੀ ਉਹਨੂੰ ਚਾਹੀਦੀ ਹੈ। ਇਸ ਲਈ ਉਸ ਥਾਂ 'ਤੇ ਨਿਮਰਤਾ, ਸਿੱਖ ਨੇ ਇਹ ਦਾਤ ਲੈ ਕੇ ਕਿਤੇ ਇਹ ਨਹੀਂ ਹੰਕਾਰੀ ਹੋ ਜਾਣਾ ਵੀ ਮੇਰੇ ਵਰਗਾ ਤਾਂ ਸਿੱਖ ਹੀ ਕੋਈ ਨਹੀਂ। ਇਹ ਗੱਲ ਬੜੀ ਧਿਆਨ ਵਾਲੀ ਹੈ, ਨਹੀਂ ਤਾਂ ਫਿਰ ਕੰਮ ਸੁੱਕਣਾ ਵੀ ਸ਼ੁਰੂ ਹੋ ਜਾਂਦਾ ਹੈ। ਕਿਸੇ ਵੀ ਜਿਹਨੇ ਅੰਮ੍ਰਿਤ ਨਹੀਂ ਛਕਿਆ ਜਾਂ ਜਿਹੜਾ ਕਿਸੇ ਵੀ ਹਾਲਤ ਵਿੱਚ ਜੀ ਰਿਹਾ ਉਹਦੇ ਨਾਲ ਗੁਰੂ ਸਾਹਿਬ ਨੇ ਕਿਹਾ ਤੂੰ ਅੰਦਰੋਂ ਨਫ਼ਰਤ ਨਹੀਂ ਕਰਨੀ,
ਇਹ ਧਿਆਨ ਰੱਖਣਾ ਜੀਵਨ ਦੇ ਵਿੱਚ। ਨਹੀਂ ਤਾਂ ਹੋ ਸਕਦਾ ਹੈ ਇਸ ਸਿਸਟਮ ਦੇ ਵਿੱਚ ਛੇਕ ਹੋ ਜਾਣ, ਕਿਤੇ ਸੁੱਕ ਨਾ ਜਾਏ। ਹਾਂ, ਤੈਨੂੰ ਵਡਿਆਈ ਬਹੁਤ ਵੱਡੀ ਦਿੱਤੀ ਗੁਰੂ ਨੇ, ਕਿਰਪਾ ਕਰ ਦਿੱਤੀ ਇੱਥੋਂ ਤੱਕ ਸਤਿਗੁਰੂ ਨੇ ਕਹਿ ਦਿੱਤਾ, ਪੜ੍ਹੀਏ ਪਿਆਰ ਨਾਲ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਇਨਹੀ ਕੀ ਇੰਨੀਆਂ ਵਡਿਆਈਆਂ ਦੇ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤ ਵਿੱਚ ਸਾਰੀਆਂ ਚੀਜ਼ਾਂ ਪਾਈਆਂ ਸਨ, ਫਿਰ ਆਪ ਕੀ ਸੋਚਦੇ ਹੋ, ਇਹ ਚੀਜ਼ ਨਾ ਪਾਈ ਹੋਵੇਗੀ ਨਿਮਰਤਾ। ਇੰਨੀ ਵੱਡੀ ਸ਼ਖਸੀਅਤ ਜਿਹੜੀ ਇਹ ਕਹਿ ਰਹੀ ਹੈ ਵੀ ਮੇਰੇ ਵਰਗੇ ਤੇ ਕਰੋੜਾਂ ਹੀ ਪਏ ਸਨ ਜੇ ਆ ਸਿੱਖ ਨਾ ਹੁੰਦੇ ਤਾਂ, ਜਦਕਿ ਪਤਾ ਹੈ ਵੀ ਗੁਰੂ ਗੋਬਿੰਦ ਸਿੰਘ ਨੇ ਸਿੱਖ ਬਣਾਏ ਨੇ, ਆਪ ਬਣਾ ਕੇ ਫਿਰ ਕਹਿ ਰਹੇ ਨੇ ਇਹਨਾਂ ਕਰਕੇ ਸਭ ਕੁਝ ਹੋ ਰਿਹਾ, ਇਹਨਾਂ ਸਿੰਘਾਂ ਕਰਕੇ, ਨਹੀਂ ਤੇ ਮੇਰੇ ਵਰਗੇ ਕਰੋੜ ਪਏ ਨੇ। ਜੇ ਇੱਕ ਕਵਿਤਾ, ਜੇ ਇੱਕ ਬਾਣੀ ਵੀ ਉਚਾਰਦੇ ਨੇ ਤੇ ਬੜਾ ਕੁਝ ਕਹਿ ਕੇ ਪਿੱਛੋਂ ਕਹਿ ਦਿੰਦੇ ਨੇ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹੇ ਬਖਾਨੇ ਹੋ, ਤੂੰ ਮੇਰੇ ਤੋਂ ਕਹਾਇਆ। ਜੇ ਸੂਰਮਗਤੀ ਏ, ਜੇ ਪਾਵਰ ਏ, ਜੇ ਤਾਕਤ ਏ ਤੇ ਨਿਮਰਤਾ, ਇਹ ਧਿਆਨ ਰੱਖਣਾ। ਦੋ ਚੀਜ਼ਾਂ ਦੀ ਬੇਨਤੀ ਕਰਦਿਆਂ, ਜਿਹੜਾ ਮਸ਼ੀਨ ਦੇ ਸੰਬੰਧ ਵਿੱਚ, ਮਸ਼ੀਨਰੀ ਦੇ ਸੰਬੰਧ ਵਿੱਚ ਸਿਧਾਂਤ ਕੰਮ ਕਰਦਾ, ਇੰਜੀਨੀਅਰਿੰਗ ਦੇ ਸੰਬੰਧ ਵਿੱਚ, ਉਹ ਕਹਿੰਦੇ ਨੇ ਵੀ ਗੱਡੀ ਦੀ ਜਿੰਨੀ ਸਪੀਡ ਜ਼ਿਆਦਾ ਹੈ ਓਨੀ ਬ੍ਰੇਕ ਤਾਕਤਵਰ ਹੋਣੀ ਚਾਹੀਦੀ ਹੈ, ਸਪੀਡ ਬਹੁਤ ਜ਼ਿਆਦਾ ਹੈ। ਉਹਨਾਂ ਦਾ ਇੱਕ ਸਿਧਾਂਤ ਹੈ ਕਿ ਜਿੰਨੀ ਸਪੀਡ ਬਣਾਓ ਓਨੀ ਬ੍ਰੇਕ ਪਾਵਰਫੁੱਲ ਹੋਵੇ, ਤਾਕਤਵਰ। ਜੇ ਪਾਵਰ ਬ੍ਰੇਕ ਸਪੀਡ 150 ਹੈ ਅਤੇ ਬ੍ਰੇਕ ਦੀ ਪਾਵਰ 20 ਨੂੰ ਰੋਕਣ ਵਾਲੀ ਹੈ, ਤਾਂ ਫਿਰ ਤੁਸੀਂ ਆਪਣੇ ਆਪ ਸੋਚ ਸਕਦੇ ਹੋ। ਸਤਿਗੁਰੂ ਨੇ ਬੰਦਗੀ ਦੀ, ਬਖਸ਼ਿਸ਼ ਦੀ ਪਾਵਰ ਤੇ ਦੇ ਦਿੱਤੀ, ਬ੍ਰੇਕ ਦਿੱਤੀ ਨਿਮਰਤਾ ਦੀ। ਕਹਿਣ ਲੱਗੇ ਧਿਆਨ ਰੱਖੀ, ਜਿੰਨੀ ਤੈਨੂੰ ਮੈਂ ਵਡਿਆਈ ਦਿੱਤੀ ਹੈ ਓਨੀ ਬ੍ਰੇਕ ਵੀ ਨਾਲ ਰੱਖੀ ਨਿਮਰਤਾ ਦੀ। ਜੇ ਬ੍ਰੇਕ ਨਾ ਹੋਈ ਤਾਂ ਫਿਰ ਆ ਹੁਣ ਹੁੰਦਾ ਹੀ ਫਿਰਦਾ ਸਾਰਾ ਕੁਝ ਰੋਜ਼, ਆ ਕਿਉਂ ਹੋ ਰਿਹਾ, ਸਾਡੇ ਕੋਲ ਬ੍ਰੇਕ ਨਹੀਂ ਰਹੀ। ਅਸੀਂ ਇੱਕ ਹਿੱਸਾ ਛੱਡ ਦਿੱਤਾ ਹੈ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ। ਆ ਵਿਦੇਸ਼ ਵਿੱਚ ਮੈਂ ਹੈਰਾਨ ਹਾਂ, ਉਹ ਬੰਦਾ 20 ਸਾਲ ਗੁਰਦੁਆਰੇ ਦਾ ਪ੍ਰਧਾਨ ਰਿਹਾ, ਸੁਣਦਾ ਰਿਹਾ। ਭਾਈ ਗੁਰਦਾਸ ਦੀਆਂ ਵਾਰਾਂ ਦੀ ਕਥਾ ਹੋ ਰਹੀ ਸੀ, ਉਹਦੇ ਵਿੱਚ ਵਿਸ਼ਾ ਆ ਗਿਆ ਕਿ ਨੌ ਨਿਤ ਨਾਮ ਗਰੀਬੀ ਪਾਈ, ਨਿਮਰਤਾ ਮੰਗੀ ਗੁਰੂ ਨਾਨਕ ਦੇਵ ਜੀ ਨੇ ਰੱਬ ਦੇ ਕੋਲ। ਅਤੇ ਮੈਂ ਉਦਾਹਰਣ ਦੇ ਦਿੱਤੀ ਕਿ ਬੱਚਾ ਜਦੋਂ ਜਨਮ ਲੈਂਦਾ ਹੈ ਤਾਂ ਉਹਦਾ ਸਿਰ ਨੀਵਾਂ ਹੁੰਦਾ ਹੈ, ਇਸ ਕਰਕੇ ਉਹ ਸਿਮਰਨ ਕਰਦਾ ਹੈ, ਜੇ ਸਿੱਧਾ ਹੋਵੇ ਤਾਂ ਸਿਮਰਨ ਨਹੀਂ ਕਰ ਸਕੇਗਾ। ਧਿਆਨ ਰੱਖਣਾ, ਮਾਂ ਦੇ ਸਰੀਰ ਵਿੱਚ ਜਦੋਂ ਬੱਚਾ ਜਨਮ ਲੈਣ ਤੋਂ ਪਹਿਲਾਂ ਸਿਮਰਨ ਕਰ ਰਿਹਾ ਹੈ, ਉਹਦਾ ਇੱਕ ਸਭ ਤੋਂ ਵੱਡਾ ਇਹ ਵਿਗਿਆਨ ਹੈ ਕਿ ਉਹਦਾ ਸਿਰ ਜ਼ਮੀਨ ਵੱਲ ਹੈ ਤਾਂ ਚੱਲ ਰਿਹਾ। ਮੈਂ ਕਿਹਾ ਵੀ ਨਿਮਰਤਾ ਦਾ ਜਿਹੜਾ ਗੁਣ ਸੀ ਗੁਰੂ ਸਾਹਿਬ ਨੇ ਸਾਨੂੰ ਲੈ ਕੇ ਦਿੱਤਾ, ਵੀ ਸਿਰ ਨੀਵਾਂ ਰੱਖੀ ਤੂੰ, ਗੁਰੂ ਦੇ ਅੱਗੇ ਝੁੱਕ ਕੇ ਰਹੀਂ। ਉਹ ਕਹਿੰਦੇ ਜੀ ਜੇ ਸਿਰ ਹੀ ਨੀਵਾਂ ਕਰ ਦਿੱਤਾ ਤਾਂ ਸਿੰਘ ਕਾਹਦੇ ਰਹੇ, ਉਹ ਪ੍ਰਧਾਨ ਜੀ ਕਹਿੰਦੇ। ਮੈਂ ਕਿਹਾ ਜਿਹੜੇ ਗੁਰਦੁਆਰੇ ਦਾ ਤੂੰ ਪ੍ਰਧਾਨ ਰਿਹਾ ਉਹ ਤਾਂ ਬੇੜਾ ਤਰ ਗਿਆ ਸਾਰਾ, ਗੁਰਮਤ ਨੂੰ ਪੜ੍ਹੇ ਹੀ ਨਹੀਂ, ਜਾਣੇ ਨਹੀਂ। ਕਹਿੰਦੇ ਸਿਰ ਨੀਵਾਂ ਸਿੰਘ, ਮੈਂ ਕਿਹਾ ਸਿਰ ਜ਼ੁਲਮ ਅੱਗੇ ਨੀਵਾਂ ਨਹੀਂ ਕਰਨਾ, ਉਹ ਗੁਰੂ ਅੱਗੇ ਤਾਂ ਨੀਵਾਂ ਕਰ ਲਓ, ਤੁਸੀਂ ਤਾਂ ਸਾਰਿਆਂ ਅੱਗੇ ਚੁੱਕ ਲਿਆ, ਗੁਰੂ ਅੱਗੇ ਵੀ ਖੜਾ ਕਰ ਦਿੱਤਾ ਸਿਰ। ਕਹਿੰਦੇ ਇੱਥੇ ਵੀ ਨਹੀਂ ਮੰਨਦੇ ਅਸੀਂ ਪਹਿਲਾਂ, ਸਮਝਾਂਗੇ ਕੀ ਵੇਖ ਲਿਆ, ਕੀ ਕਰ ਲਿਆ। ਕਹਿੰਦੇ ਅਸੀਂ ਤਾਂ ਝੁੱਕਦੇ ਨਹੀਂ, ਕੁਝ ਕਰਦੇ ਨੇ।
ਤੇ ਸਤਿਗੁਰੂ ਨੇ ਕਿਹਾ ਝੁਕਣ ਤੋਂ ਬਿਨਾਂ ਠੀਕ ਹੈ, ਜੇ ਤੂੰ ਚੁੱਕਣਾ ਸਿਰ ਫਿਰ ਕਿਤੇ ਹੋਰ ਚੁੱਕ ਕੇ ਵੇਖ, ਸਵਾਦ ਵੀ ਆ ਜਾਏ। ਅਸੀਂ ਉੱਥੇ ਚੁੱਕਣਿਆ ਜਿੱਥੇ ਅੱਗੇ ਚੁੱਕਣ ਜੋਗਾ ਕੋਈ ਨਹੀਂ, ਉੱਥੇ ਚੁੱਕਣਿਆ। ਜਿਹੜਾ ਅੱਗੋਂ ਕਿਸੇ ਚੁੱਕ ਲਿਆ ਸਿਰ, ਉੱਥੇ ਬਸ ਨਿਮਰਤਾ ਕਰ ਲਓ, ਨਿਮਰਤਾ ਧਾਰਨ ਕਰੋ। ਇਹ ਗੁਣ ਦਿੱਤਾ ਸਿਰ ਨੀਵਾਂ, ਗੁਰੂ ਅੱਗੇ ਸਿਰ ਨੀਵਾਂ ਰੱਖੀ, ਸਿਮਰਨ ਟਿਕਿਆ ਰਹੇਗਾ। ਜੇ ਸਿਰ ਚੁੱਕਿਆ ਤਾਂ ਸਿਮਰਨ ਨਹੀਂ ਰਹੇਗਾ, ਅਤੇ ਉਹਦੇ ਤੋਂ ਬਿਨਾਂ ਸਾਰੇ ਗੁਣ ਵੀ ਇਹ ਖਤਮ ਹੋ ਜਾਣ। ਇਸ ਰਾਹ 'ਤੇ ਇਹ ਸਾਡੀ ਕਮਜ਼ੋਰੀ ਹੈ। ਗੁਰੂ ਕਿਰਪਾ ਕਰੇ ਸਿੱਖ ਥੋੜ੍ਹਾ ਜਿਹਾ ਵਿੱਦਿਆ ਵੱਲ ਵੀ ਧਿਆਨ ਦੇ, ਪੜ੍ਹਨ ਵੱਲ। ਮੈਂ ਆਪ ਜੀ ਨੂੰ ਛੋਟੀ ਜਿਹੀ ਬੇਨਤੀ ਕਰਕੇ ਸਮਾਪਤੀ ਕਰਾਂਗਾ। ਵਿਦੇਸ਼ ਵਿੱਚ ਬਹੁਤ ਸਾਰੇ ਥਾਵਾਂ 'ਤੇ ਮੈਨੂੰ ਮੌਕਾ ਮਿਲਿਆ ਅਤੇ ਜਾ ਕੇ ਮੈਂ ਇੱਕ ਦੋ ਥਾਵਾਂ 'ਤੇ ਨਹੀਂ, ਕਈ ਥਾਵਾਂ 'ਤੇ ਪੁੱਛਿਆ ਜੀ ਇੱਥੇ ਲਾਇਬ੍ਰੇਰੀ ਹੈ। ਕਹਿੰਦੇ ਜੀ ਲਾਇਬ੍ਰੇਰੀ ਤਾਂ ਹੈ। ਮੈਂ ਕਿਹਾ ਵੀ ਆਹ ਪੋਥੀ ਲਿਆ ਦਿਓ ਜਿਹੜੀ ਕਥਾ ਕਰਨੀ। ਉਹ ਗ੍ਰੰਥੀ ਸਿੰਘ ਵਿਚਾਰੇ ਭੱਜ ਭੱਜ ਕੇ ਹਫ ਗਏ, ਮੇਰੇ ਕੋਲ ਆਏ ਕਮਰੇ 'ਚ। ਕਹਿੰਦੇ ਜੀ ਪੋਥੀ ਮਿਲੀ ਨਹੀਂ। ਮੈਂ ਕਿਹਾ ਕਿਉਂ ਲਾਇਬ੍ਰੇਰੀ ਨਹੀਂ? ਕਹਿੰਦੇ ਲਾਇਬ੍ਰੇਰੀ ਤਾਂ ਹੈ। ਮੈਂ ਕਿਹਾ ਮਿਲੀ ਕਿਉਂ ਨਹੀਂ? ਕਹਿੰਦੇ ਜਿਹਦੇ ਕੋਲ ਚਾਬੀ ਉਹਦੇ ਟਰੱਕ 'ਤੇ ਗਿਆ ਹੋਇਆ, ਹਫ਼ਤੇ ਬਾਅਦ ਆਉਣਾ। ਉਹ ਮੈਂਬਰ ਸਾਹਿਬ ਨੇ ਜਿਹੜੇ ਚਾਬੀ ਉਹਨਾਂ ਕੋਲ। ਲਾਇਬ੍ਰੇਰੀ ਕਿਤੇ, ਚਾਬੀ ਕਿਤੇ। ਅਗਲੇ ਦਿਨ ਕਹਿੰਦੇ ਫਿਰ ਜੰਦਰਾ ਹੀ ਤੋੜ ਲਈਏ। ਇਹ ਹਾਲਾਤ ਹੈ ਸਾਡੀ ਵਿੱਦਿਆ ਦਾ, ਧਿਆਨ ਦੇਣਾ। ਸਾਡੀ ਵਿੱਦਿਆ ਦਾ ਇਹ ਹਾਲਾਤ ਹੈ ਵੀ ਲਾਇਬ੍ਰੇਰੀ ਨੂੰ ਜੰਦਰੇ ਪੱਕੇ ਮਾਰ ਦਿੱਤੇ ਨੇ, ਅਤੇ ਪਰਤ ਕੇ ਕਹਿੰਦੇ ਨੇ ਵੀ ਸਿਰ ਨੀਵਾਂ ਕਰਨਾ। ਇਹ ਸਿੰਘਾਂ ਦਾ ਕੰਮ ਕਿਹੜਾ ਹੋਇਆ? ਪਤਾ ਕਿੱਥੋਂ ਲੱਗਣਾ? ਕੋਈ ਪੇਜ ਪੜ੍ਹਿਆ ਹੋਵੇ ਕਿਤੇ, ਕੋਈ ਗੁਰੂ ਕਿਰਪਾ ਕਰੇ ਅਤੇ ਤਾਂ ਹੀ ਹੋਸ਼ ਆਵੇ ਨਾ ਵੀ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ। ਪੜ੍ਹਨ ਦਾ ਤਾਂ ਸਿੱਖ ਕੋਲ ਟਾਈਮ ਹੀ ਕੋਈ ਨਹੀਂ ਰਹਿ ਗਿਆ। ਪੜ੍ਹਨ ਬਾਰੇ ਤਾਂ ਉਹਨੂੰ ਟਾਈਮ ਨਹੀਂ, ਉਹਨੇ ਤਾਂ ਇਹ ਵੇਖਣਾ ਵੋਟਾਂ ਕਦੋਂ ਪੈਣੀਆਂ ਨੇ ਅਤੇ ਗੱਡੀਆਂ 'ਤੇ ਚੜ੍ਹ ਕੇ ਕਿਹੜਾ ਲਾਈ ਚੋਂ ਵਾਪਸ। ਇਸ ਪੱਖੋਂ ਅਸੀਂ ਪਛੜ ਗਏ। ਸਤਿਗੁਰੂ ਕਿਰਪਾ ਕਰਨ, ਗੁਰੂ ਸਾਹਿਬ ਨੇ 120 ਕਵੀ ਰੱਖੇ ਕਲਗੀਧਰ ਪਾਤਸ਼ਾਹ। ਉਹਨਾਂ ਦੇ ਵੱਖਰੇ ਵੱਖਰੇ ਥਾਂ ਬਣਾ ਕੇ ਉਹਨਾਂ ਨੂੰ ਸਾਧਨ ਦਿੱਤੇ ਪੜ੍ਹਨ ਦੇ, ਉਹਨਾਂ ਨੂੰ ਸਭ ਕੁਝ ਉਹਨਾਂ ਦਾ ਪ੍ਰਬੰਧ ਕੀਤਾ ਅਤੇ ਵਿੱਦਿਆ ਦੀ ਗੱਲ ਕੀਤੀ। ਤਾਂ ਹੀ ਕਿਹਾ ਸੀ ਇਨਹੀਂ ਕਿ ਪ੍ਰਸਾਦ ਸੋ ਵਿੱਦਿਆ ਲਈ, ਇਹਨਾਂ ਤੋਂ ਵਿੱਦਿਆ ਲਈ। ਜਦੋਂ ਪੰਡਿਤ ਨੇ ਕਿਹਾ ਹੁਣ ਤੁਹਾਡੇ ਕੋਲ ਅਸੀਂ, ਤੁਸੀਂ ਸਾਨੂੰ ਮੰਨਦੇ ਨਹੀਂ ਅਤੇ ਹੁਣ ਤੁਹਾਨੂੰ ਵਿੱਦਿਆ ਕਿੱਥੋਂ ਮਿਲੇਗੀ? ਅਤੇ ਕਲਗੀਧਰ ਪਾਤਸ਼ਾਹ ਨੇ ਕਿਹਾ ਇਨਹੀਂ ਤੇ ਪੰਡਿਤ ਉਪਜਾਊ ਕਥਾ ਕਰਨ ਕੀ ਰੀਤ ਚਲਾਊ। ਇਹਨਾਂ ਸਿੱਧੇ ਸਾਧੇ ਬੰਦਿਆਂ ਨੂੰ ਕਥਾ ਵਾਚਕ ਬਣਾ ਦਿਉ, ਇਹਨਾਂ ਵਿੱਚੋਂ ਪੈਦਾ ਕਰ ਦਿਆਂ। ਇਹ ਅੰਮ੍ਰਿਤ ਦੀ ਤਾਕਤ ਸੀ। ਅੰਮ੍ਰਿਤ ਪਿਆ ਕੇ ਸਤਿਗੁਰੂ ਨੇ ਜਿਨ੍ਹਾਂ ਨੂੰ ਕੁਝ ਨਹੀਂ ਸੀ ਆਉਂਦਾ ਉਹਨਾਂ ਨੂੰ ਵਿੱਦਿਆ ਦਾ ਦਾਨ ਦੇ ਦਿੱਤਾ, ਬਖਸ਼ਾਂ ਕਰ ਦਿੱਤੀਆਂ। ਸੋ ਆਓ ਇਹ ਪੌੜੀ ਜੋ ਰਾਜ ਯੋਗ ਜਨਕ ਜੀ ਦਾ, ਇਹਦੇ ਕੁਝ ਵਿਸ਼ੇ ਰਹਿੰਦੇ ਨੇ। ਸਤਿਗੁਰੂ ਕਿਰਪਾ ਕਰਨਗੇ ਕੱਲ੍ਹ ਫਿਰ ਦਰਸ਼ਨ ਕਰਕੇ ਇਹ ਵਿਚਾਰ ਕੀਤੀ ਜਾਏਗੀ। ਹੁਣ ਥੋੜ੍ਹੇ ਮਿੰਟਾਂ ਵਾਸਤੇ ਸਿਮਰਨ ਵਿੱਚ ਜੁੜੀਏ। ਸਾਰਿਆਂ ਨੂੰ ਪਿਆਰ ਨਾਲ ਬੋਲਣ ਦਾ ਯਤਨ ਕਰਨਾ। ਵਾਹਿਗੁਰੂ।